ਅੱਜ ਲੋਕਾਂ ਨੂੰ ਇਹ ਲੱਗਦਾ ਕਿ ਇਹ ਬਹੁਤ ਬੜੀ ਨੇਮ ਤੇ ਫੇਮ ਵਾਲੀ ਲਾਈਨ ਹੈ ਇਹਦੇ ਚਾਉਣਾ ਚਾਹੀਦਾ ਹੈ ਇਸ ਕਰਕੇ ਬਹੁਤ ਸਾਰੇ ਪੈਸੇ ਵਾਲੇ ਲੋਕ ਵੀ ਟਰਾਈ ਕਰਦੇ ਨੇ ਕਿ ਅਸੀਂ ਰਾਤੋਂ ਰਾਤ ਵੀ ਸਟਾਰ ਬਣਨਾ ਹੈ ਰਾਤੋਂ ਰਾਤ ਸਾਨੂੰ ਸ਼ੋਹਰਤ ਮਿਲਦੀ ਹੈ ਮੈਂ ਇਹ ਸਮਝਦਾ ਹਾਂ ਪਰਸਨਲ ਜਿਹੜੀ ਗੱਲ ਹੈ ਕਿ ਕਲਾਕਾਰ ਦਾ ਨਾਂ ਤਾਂ ਕੋਈ ਧਰਮ ਹੈ ਕਲਾਕਾਰ ਦੀ ਨਾਂ ਕੋਈ ਜਾਤ ਹੈ ਨਾ ਕੋਈ ਸਟੇਟ ਹੈ ਨਾ ਕੋਈ ਮੁਲਕ ਹੈ ਕਲਾਕਾਰ ਤਾਂ ਕੋਲ ਲੋਕਾਈ ਦੇ ਪੂਰੀ ਦੁਨੀਆ ਦੇ ਹੁੰਦੇ ਨੇ ਕਲਾਕਾਰ ਥੋੜੇ ਦਿਨ ਪਹਿਲਾਂ ਇਸਕੀ ਇੰਟਰਵਿਊ ਹੋਈ ਉਸਨੇ ਕਿਹਾ ਵੀ ਪੰਜਾਬੀ ਸਿਨੇਮੇ ਦੇ ਵਿੱਚ ਕੰਮ ਕਰਨੇ ਵਾਸਤੇ ਕੁੜੀਆਂ ਨੂੰ ਬਹੁਤ ਸਾਰੇ ਸਮਝੌਤੇ ਕਰਨੇ ਪਵਾਂ ਕਿੰਨੀ ਕਿ ਸਚਾਈ ਹੈ ਮੈਂ ਹਰ ਜਗ੍ਹਾ ਕਹਿੰਦਾ ਹੁੰਦਾ ਕਿ ਸਾਡੇ ਵਿਦਵਾਨਾਂ ਨੇ ਕਿਤਾਬਾਂ ਦੇ ਵਿੱਚ ਜੋ ਗਿਆਨ ਲਿਖ ਦਿੱਤਾ ਸਾਡੀ ਜਨਰੇਸ਼ਨ ਕੋਲ ਲਾਇਬ੍ਰੇਰੀ ਨੇ ਕੋਈ ਜਾਣਦਾ ਸਮਾਂ ਨਹੀਂ ਸਾਡੇ ਕੋਲ ਮੋਬਾਈਲਾਂ ਦਾ ਟਾਈਮ ਰਹਿ ਗਿਆ ਟੀਵੀ ਦਾ ਟਾਈਮ ਰਹਿ ਗਿਆ ਐਸ ਨਹਿਰ ਦੇ ਕੰਨੇ ਮੈਨੂੰ ਯਾਦ ਆ ਮੈਂ ਇੱਕ ਵਾਰ ਸੈਰ ਕਰ ਰਿਹਾ ਜਾਂਦਾ ਸੀ ਤੇ ਬੰਦਾ ਮੇਰੇ ਬਾਖਵਸੀ ਨਾਲ ਦੇ ਪਿੰਡ ਦਾ ਉਹਨੇ ਮੋਟਰਸਾਈਕਲ ਖੜਾਇਆ ਨਾਲ ਲਿਆ ਕੇ ਮੈਨੂੰ ਕਹਿੰਦਾ ਬਾਈ ਬੈਠੋ ਮਾਂ ਕੀ ਗੱਲ ਹੋ ਗਈ ਕਹਿੰਦਾ ਤੁਸੀਂ ਤੁਰਕੇ ਜਾਂਦੇ ਹੋ ਮਹਰੀ ਮੈਂ ਸਰਕਾਰ ਦਾ ਕਹਣ ਨਹੀਂ ਤੂੰ ਚੰਗੇ ਲੱਗਦੇ ਕੰਮ ਕਮਾਲ ਹੈ ਕੀ ਕਰੋਗੇ ਉਹਨੇ ਮੈਨੂੰ ਮੋਟਰਸਾਈਕਲ ਤੇ ਬਿਠਾਇਆ ਤੇ ਮੇਰੇ ਘਰ ਛੱਡ ਕੇ ਆਇਆ ਮੈਨੂੰ ਵੀ ਸੋਸ਼ਲ ਦੇਖ ਰਹੇ ਸਾਰੇ ਦੋਸਤਾਂ ਨੂੰ ਸਸਰੀਕਾਲ ਮੈਂ ਥਾਰਾ ਆਪਣਾ ਰਾਜਪੁਰਾ ਵਾਲਾ ਮਨਜੀਤ ਦੇਸ਼ਵਾਦ ਦੇ ਵਿੱਚ ਦੋਸਤੋ ਅੱਜ ਆਪਾਂ ਪਹੁੰਚੇ ਆਂ ਮਰਿੰਡੇ ਕੇ ਲਵੈ ਰੌਣੀ ਪਿੰਡ ਦੇ ਵਿੱਚ ਦੋਸਤੋ ਜਦ ਵੀ ਕਦੀ ਐਕਟਰਾ ਕੀ ਹੀਰੋਆਂ ਕੀ ਫਿਲਮਾਂ ਵਾਲੀ ਗੱਲਾਂ ਚੱਲਾਂ ਤਾਂ ਮਾਰੇ ਪਾਸ ਜ਼ਿਕਰਾ ਆ ਵੀ ਬੰਬਈਆਂ ਜਿੰਮੇ ਬੰਦਾ ਚੰਡੀਗੜ੍ਹ ਮ ਜਿੰਮੇ ਬੰਦਾ ਐਕਟਰ ਬਣਿਆ ਵਾ ਪਰ ਅਜਾhme ਤੁਹਾਨੂੰ ਕਹੇ ਜੇ ਐਕਟਰ ਗੈਲਾ ਇਹ ਜੇ ਹੀਰੋ ਗੈਲਾ ਮਲਾਵੇਂਗੇ ਜਿਹੜਾ ਗੋਮਾ ਮੈਹਸਾ ਚਾਰਦਾ ਰਿਹਾ ਜੀਰੀ ਨੂੰ ਪਾਣੀ ਲਾਂਦਾ ਰਿਹਾ ਔਰ ਜੀਰੀ ਕੇ ਵਿੱਚ ਤੇ ਕੱਖ ਕੱਢਦਾ ਰਿਹਾ ਉਸ ਐਕਟਰ ਤੇ ਸੁਣੇਗੇ ਹਾਲੀਵੁੱਡ ਕੀਆਂ ਬਾਲੀਵੁੱਡ ਕੀਆਂ ਬਹੁਤ ਕਮਾਲ ਕੀਆਂ ਬਾਤਾਂ ਔਰ ਉਸਨੇ ਬਹੁਤ ਹੀ ਕਮਾਲ ਕੀ ਜਿਹੜੀ ਹੈਗੀ ਹੈ ਫਿਲਮਾਂਗੇ ਵਿੱਚ ਉਸਕਾ ਰੋਲ ਰਿਹਾ ਅੱਜ ਆਪਾਂ ਬਾਤਾਂ ਕਰਗੇ ਮਾਰੀ ਬੋਲੀ ਕੇ ਵਿੱਚ ਸੋ ਮੇਰੀ ਗੈਲ ਅੱਜ ਬਾਈ ਮਲਕੀਤ ਸਿੰਘ ਰਾਉਣੀ ਬਾਈ ਜੀ ਸਤਿ ਸ਼ਕਾਲ ਸਤਿ ਸ਼ਕਾਲ ਜੀ ਬਾਈ ਜੀ ਬਾਤ ਇਸ ਤਰ੍ਹਾਂ ਵੀ ਅੱਜ ਆਪਾਂ ਨੇ ਨਾ ਬਾਤਾਂ ਨਹੀਂ ਕਰਨੀਆਂ ਚੰਗਿਆੜੇ ਕੱਢਣੇ ਆ ਅੱਛਾ ਕਿਸ ਤਰ੍ਹਾਂ ਲਗਾ ਵੀ ਇੱਕ ਜਦ ਹਮੇ ਕਦੇ ਸੋਚਾ ਫਿਲਮ ਵਾਲਿਆਂ ਦੀ ਬਾਤ ਚਲਾ ਤਾਂ ਮਾਰੇ ਦਿਮਾਗ ਮਾ ਆਵਾ ਵੀ ਕਲੀਨ ਸ਼ੇਪ ਬੰਦਾ ਬਹੁਤ ਬਾਲ ਜੇ ਖੜੇ ਕਰੇ ਵੇ ਹੋਰੇ ਤਰ੍ਹਾਂ ਦਾ ਮਤਲਬ ਕਿ ਉਸਕਾ ਲਟਾ ਪਟਾ ਸਾਰਾ ਕੁਝ ਤਾਂ ਪਰ ਜਦ ਇੱਕ ਦੇਸੀ ਬੰਦਾ ਤਾਂ ਐਕਟਰ ਬਣਾ ਤਾਂ ਕਿਸ ਤਰ੍ਹਾਂ ਦਾ ਮਹਿਸੂਸ ਹੋਆ ਨੈਚਰਲੀ ਆ ਵੀ ਚੰਗਾ ਫੀਲ ਹੁੰਦਾ ਜੀ ਚੰਗਾ ਲੱਗਦਾ ਪਰ ਕਦੇ ਸੋਚਿਆ ਨਹੀਂ ਸੀ ਜ਼ਿੰਦਗੀ ਦੇ ਵਿੱਚ ਇਹ ਬੰਦੇ ਸੋਚਦੇ ਨੇ ਕਿ ਅਸੀਂ ਆਪ ਪੜ੍ਹਾਈ ਕਰਦੇ ਆ ਕਿ ਮੈਂ ਇੰਜੀਨੀਅਰ ਬਣਨਾ ਹੈ ਮੈਂ ਡਾਕਟਰ ਬਣਨਾ ਹੈ ਕੋਈ ਕਹਿੰਦਾ ਮੈਂ ਵਕੀਲ ਬਣਨਾ ਆ ਮੈਂ ਵੀ ਆਮ ਬੱਚਿਆਂ ਵਾਂਗ ਸਕੂਲ ਪੜਦੇ ਪਰਦੇ 6ਵੀਂ ਦੇ ਵਿੱਚ ਪਹੁੰਚੇ ਤੇ 6ਵੀਂ ਹਜੇ ਪਾਸ ਕੀਤੀ ਸੀ ਕਿ ਸਾਡੇ ਸਕੂਲ ਦੇ ਵਿੱਚ ਸਾਇੰਸ ਮੇਲਾ ਸੀ ਸਾਇੰਸ ਮੇਲੇ ਦੇ ਵਿੱਚ ਭਾਜੀ ਗੁਰਸ਼ਰਨ ਸਿੰਘ ਭਾਈ ਮੱਨਾ ਸਿੰਘ ਨਾਟਕ ਕਰਨ ਲਈ ਆਏ ਤਾਂ ਸਾਨੂੰ ਸਾਡੇ ਟੀਚਰਾਂ ਨੇ ਦੱਸਿਆ ਕਿ ਜਿਹੜਾ ਬੰਦਾ ਨਾਟਕ ਕਰਨ ਆਇਆ ਇਹ ਉਹ ਸ਼ਖਸ ਹੈ ਜਦੋਂ ਹਿੰਦੁਸਤਾਨ 1947 ਚ ਆਜ਼ਾਦ ਹੋਇਆ ਤਾਂ ਆਜ਼ਾਦ ਹਿੰਦੁਸਤਾਨ ਦਾ ਜਿਹੜਾ ਪਹਿਲਾ ਪ੍ਰੋਜੈਕਟ ਸੀ ਉਹ ਸਾਡੇ ਆਪਣੇ ਰੋਪੜ ਡਿਸਟ੍ਰਿਕਟ ਦੇ ਵਿੱਚ ਭਾਖੜਾ ਡੈਮ ਜੂ ਨੰਗਲ ਡੈਮ ਕਹਿੰਦੇ ਉਹ ਬਣਿਆ ਜਿੱਥੋਂ ਆਹ ਨਹਿਰ ਨਿਕਲਦੀ ਦੀ ਆਪੋਖਾਂ ਦੇ ਬੈਠੇ ਹਾਂ ਸੋ ਉਹ ਡੈਮ ਨੂੰ ਜਿਹੜੇ ਬਣਾਉਣ ਵਾਲੇ ਪੰਜ ਇੰਜੀਨੀਅਰ ਸੀ ਉਹਨਾਂ ਇੰਜੀਨੀਅਰਾਂ ਵਿੱਚੋਂ ਇੱਕ ਇੰਜੀਨੀਅਰ ਭਾਜੀ ਗੁਰਸ਼ਰਨ ਸਿੰਘ ਭਾਈ ਮਾਨਾ ਸਿੰਘ ਸੀ ਸੋ ਉਹ ਨਾਟਕ ਕਰਨੇ ਸਾਡੇ ਲਈ ਵੱਡੀ ਗੱਲ ਸੀ ਵੀ ਇੰਜੀਨੀਅਰ ਬੰਦਾ ਨਾਟਕ ਕਰਦਾ ਸੰਨ ਲਾਦੇ ਨਾਟਕ ਤਾਂ ਜਿਹੜੇ ਬੰਦੇ ਨੂੰ ਕੋਈ ਹੋਰ ਕੰਮ ਨਹੀਂ ਹੁੰਦਾ ਉਹ ਨਾਟਕ ਕਰਦੇ ਨੇ ਪਰ ਭਾਜੀ ਨੇ ਇੰਨੀ ਸਰਲ ਭਾਸ਼ਾ ਦੇ ਵਿੱਚ ਨਾਟਕ ਕੀਤਾ ਜਿਹੜਾ ਆਮ ਬੱਚਿਆਂ ਦੇ ਵੀ ਹਰ ਬੰਦੇ ਦੇ ਸਮਝ ਆ ਗਏ ਲੋਕਾਂ ਦੀ ਭਾਸ਼ਾ ਦਾ ਨਾਟਕ ਕੀਤਾ। ਬਸ ਉਸ ਦਿਨ ਤੋਂ ਜ਼ਿੰਦਗੀ ਦੇ ਵਿੱਚ ਇਹ ਸੋਚਿਆ ਕਿ ਹੋਰ ਕੋਈ ਕੰਮ ਪਤਾ ਨਹੀਂ ਹੋਊ ਜ਼ਿੰਦਗੀ 'ਚ ਨਹੀਂ ਹੋਊ ਪਰ ਇਹੀ ਕੰਮ ਕਰਨਾ ਹੈ। ਸੋ ਭਾਜੀ ਨੂੰ ਮਿਲੇ ਨਾਟਕ ਕਰਨ ਲੱਗੇ ਉਸ ਤੋਂ ਬਾਅਦ ਸਾਡੇ ਇਲਾਕੇ ਦੀ ਇੱਕ ਸ਼ਖਸੀਅਤ ਸਰਦਾਰ ਸਵਰਨ ਸਿੰਘ ਭੰਗੂ ਉਹਨਾਂ ਨੂੰ ਮਿਲੇ ਜਿਨ੍ਹਾਂ ਦੇ ਮੈਸੇਜ ਮੈਡਮ ਗੁਰਪ੍ਰੀਤ ਕੌਰ ਭੰਗੂ ਉਹ ਵੀ ਥੀਏਟਰ ਕਰਦੀ ਸੀ। ਉਹਨਾਂ ਦੇ ਨਾਲ ਮਿਲ ਕੇ ਅਸੀਂ ਚਮਕੌਰ ਸਾਹਿਬ ਦੇ ਵਿੱਚ ਚੇਤਨਾ ਕਲਾ ਮੰਚ ਨਾਂ ਦੀ ਸੰਸਥਾ ਬਣਾਈ ਉੱਥੇ ਨਾਟਕ ਕਰਦੇ ਰਹੇ ਇਦਾਂ ਕਰਦੇ ਕਰਦੇ ਫਿਰ ਦੂਰਦਰਸ਼ਨ ਤੇ ਪਹੁੰਚੇ ਉਹਦੇ ਨਾਟਕ ਕੀਤੇ ਫਿਰ ਹੌਲੀ ਹੌਲੀ ਥੀਏਟਰ ਦੇ ਰਾਹੀਂ ਹਿੰਦੀ ਸੀਰੀਅਲ ਕਰਨ ਲੱਗੇ ਹਿੰਦੀ ਸੀਰੀਅਲ ਕਰਦੇ ਕਰਦੇ ਬੰਬੇ ਪਹੁੰਚ ਗਏ ਬੰਬੇ 10 ਸਾਲ ਲਾਇਆ ਜ਼ਿੰਦਗੀ ਦੇ ਉੱਥੇ ਕੁਝ ਹਿੰਦੀ ਫਿਲਮਾਂ ਕੀਤੀਆਂ ਹਿੰਦੀ ਸੀਰੀਅਲ ਕੀਤੇ ਇਨ ਬਿਟਵੀਨ ਫਿਰ ਪੰਜਾਬੀ ਫਿਲਮਾਂ ਬਹੁਤ ਬਣਨ ਲੱਗੀਆਂ ਇਧਰ ਤੇ ਪੰਜਾਬੀ ਫਿਲਮਾਂ سلسلہ ਸ਼ੁਰੂ ਹੋ ਗਿਆ ਪਿਆ ਇਦਾਂ ਚੱਲ ਸੋ ਚੱਲ ਅਜਾ ਥਾ ਨਏ ਪੰਜਾਬੀ ਗੇ ਮੇਰਾ ਖਿਆਲ ਹੈ ਵੀ 100 ਕੇ ਲਗਭਗ ਫਿਲਮਾਂ ਆਪਣੇ ਬਾਲੀਵੁੱਡ ਕੇ ਵਿੱਚ ਕੰਮ ਕਰਿਆ ਹਾਲੀਵੁੱਡ ਕੇ ਵਿੱਚ ਅਮਨੇ ਜਿਹੜਾ ਆਪਣਾ ਹਾਲੀਵੁੱਡ ਦਾ ਬਹੁਤ ਵੱਡਾ ਨਵਾਂ ਐ ਸਿਨੇਮਾ ਕੇ ਵਿੱਚ ਉੱਥੇ ਦਾ ਕੰਮ ਕਰਿਆ ਥਾਰੇ ਜਿਹੜੇ ਗੋਂ ਕੇ ਬੰਦੇ ਐ ਉਹ ਕਿਸ ਤਰ੍ਹਾਂ ਸੋਚਾਂ ਮਹਿਸੂਸ ਕਰਾਂਗੇ ਤੇ ਵੀ ਮਾਰੇ ਗੋਂ ਕਾ ਬੰਦਾ ਇੱਕ ਬਹੁਤ ਉੱਪਰ ਚਲੇ ਗਿਆ ਆਮ ਬਿਲਕੁਲ ਜੀ ਮੈਂ ਨੂੰ ਮੇਰੇ ਪਿੰਡ ਦੇ ਤਾਂ ਚਲੋ ਫੋਕਰ ਮਹਿਸੂਸ ਆਪਾਂ ਕਰਦੇ ਆਂ ਵੀ ਸਾਡੇ ਪਿੰਡ ਦਾ ਬੰਦਾ ਉਹ ਕੰਮ ਕਰਦਾ ਆ ਆਪਾਂ ਵੀ ਚੰਗਾ ਸਮਝਦੇ ਆਂ ਪਰ ਮੇਰਾ ਪਿੰਡ ਜਿਹਨੇ ਰੌਣੀ ਹੈ ਇੱਕ ਰੌਣੀ ਪਟਿਆਲੇ ਦੇ ਕੋਲੇ ਮਸ਼ਹੂਰ ਰੌਣੀ ਉਹ ਰੌਣੀ ਹੈ ਤੇ ਉਹ ਸਰਾਉਣੀ ਦੇ ਬੰਦੇ ਜਿਹੜੇ ਪੁਰਾਣੇ ਬਾਹਰਲੇ ਮੁਲਕਾਂ ਚ ਗਏ ਹੋਏ ਆ ਕੋ ਅਮਰੀਕਾ ਕੈਨੇਡਾ ਬਸਿਆ ਹੋਇਆ ਉਹ ਮੈਨੂੰ ਕਈ ਵਾਰ ਫੋਨ ਕਰਨਗੇ ਯਾਰ ਸਾਡਾ ਪਿੰਡ ਵੀ ਰੌਣੀ ਹੈ ਤੂੰ ਕਿਹਦਾ ਮੁੰਡਾ ਮੈਂ ਕਹਿੰਦੀ ਮੇਰਾ ਰੌਣੀ ਰੋਪੜ ਡਿਸਟ੍ਰਿਕਟ ਚ ਪੈਂਦਾ ਚਮਕੌਰ ਸਾਹਿਬ ਦੇ ਨੇੜੇ ਵੀ ਨਹਿਰ ਜਿਹੜੀ ਚੱਲਦੀ ਹੈ ਪਾਖੜਾ ਨਹਿਰ ਐ ਐਸਓਈਐਲ ਜਿਹੜੀ ਨਹਿਰ ਦਰਾਲਾ ਪੈਂਦਾ ਜਿੱਦਾਂ ਉਹਦੇ ਕੰਢੇ ਤੇ ਬਸ ਇੱਕ ਛੋਟਾ ਜਿਹਾ ਪਿੰਡ ਰੌਣੀ ਮੈਂ ਉੱਥੋਂ ਦਾ ਰਹਿਣ ਵਾਲਾ ਹਾਂ ਸੋ ਚੰਗਾ ਲੱਗਦਾ ਸਾਰਿਆਂ ਨੂੰ ਰਿਸ਼ਤੇਦਾਰਾਂ ਨੂੰ ਵੀ ਚੰਗਾ ਲੱਗਦਾ ਹੁਣ ਦੋਸਤਾਂ ਮਿੱਤਰਾਂ ਨੂੰ ਵੀ ਚੰਗਾ ਲੱਗਦਾ ਵੀ ਚਲੋ ਸਾਡਾ ਬਾਖਾ ਬੰਦਾ ਹੈ। ਐਸੇ ਜਿਹੜੀ ਐਕਟਿੰਗ ਹੈ ਕੋਈ ਬੰਦਾ ਜਿਵੇਂ ਐਕਟਰ ਬਣਦਾ ਹੈ ਐਕਟਿੰਗ ਸਿੱਖੀ ਜਾਂਦੀ ਹੈ ਕਿ ਬੰਦਾ ਕੋਈ ਵੀ ਐਕਟਰ ਬਣ ਸਕਦਾ ਹੈ। ਇਹ ਬੈਸੇ ਤਾਂ ਇੱਕ ਨੇਚਰਲ ਗੁਣ ਹੈ ਤੁਹਾਡੇ ਦੇ ਵਿੱਚ। ਪਰ ਜਿਹੜੀ ਸਿੱਖਣ ਦੀ ਗੱਲ ਹੈ ਉਹ ਵੀ ਇੱਕ ਜ਼ਰੂਰੀ ਹੁੰਦਾ ਹੈ ਕਿ ਤੁਸੀਂ ਉਹਨੂੰ ਹੋਰ ਬਿਹਤਰ ਕਿਵੇਂ ਕਰ ਸਕਦੇ ਹੋ? ਮਰ ਹੋਰ ਪਾਲਿਸ਼ ਕਿਵੇਂ ਕਰ ਸਕਦੇ ਹੋ? ਉਹਦੀ ਤਕਨੀਕ ਕਿਵੇਂ ਸਿੱਖ ਸਕਦੇ ਹੋ? ਕਿਉਂਕਿ ਮੈਂ ਥੀਏਟਰ ਕੀਤਾ ਥੀਏਟਰ ਇੱਕ ਹੋਰ ਵਿਧਾ ਹੈ ਟੈਲੀਵਿਜ਼ਨਿਕ ਹੋਰ ਵਿਧਾ ਹੈ ਵੱਡਾ ਜਿਹੜਾ ਪਰਦਾ ਇੱਕ ਹੋਰ ਵਿਧਾ ਹੈ ਸੋ ਇਹ ਵਿਧਾਵਾਂ ਦੇ ਵਿੱਚ ਥੋੜੀ ਟੈਕਨੀਕਲ ਗੱਲ ਹੁੰਦੀ ਹੈ ਜਿਹੜੀ ਤਕਨੀਕੀ ਗੱਲ ਸਿੱਖਣ ਵਾਲੀ ਹੈ ਕਿ ਤੁਸੀਂ ਕਿੰਨਾ ਲਾਊਡ ਬੋਲਣਾ ਹੁਣ ਥੀਏਟਰ ਦੇ ਵਿੱਚ ਜਿਹੜਾ ਐਕਸਪ੍ਰੈਸ਼ਨ ਤੁਹਾਡਾ ਬਹੁਤ ਲਾਊਡ ਚਾਹੀਦਾ ਵੱਡਾ ਹੋਊਗਾ ਤਾਂ ਜਿਹੜਾ ਬੰਦਾ ਤੁਹਾ ਤੋਂ 20 ਫੁੱਟ ਦੂਰ ਬੈਠਾ ਹੈ ਉਹਨੂੰ ਪਤਾ ਲੱਗੂਗਾ ਜੈਸਚਰ ਤੁਸੀਂ ਲਾਊਡ ਕਰਨਾ ਹੈ ਆਵਾਜ਼ ਲਾਊਡ ਕਰਨੀ ਹੈ ਸੋ ਜਿਹੜਾ মিডিਏ ਦਾ ਹੋਇਆ ਕਿ মিডিਆ ਬਿਲਕੁਲ ਹੁਣ ਥੋੜਾ ਕਲੋਜ਼ ਲੱਗਿਆ ਹੈ ਤੁਸੀਂ ਥੋੜੀ ਵੀ ਅੱਖ ਦੀ ਪੇਫੜ ਮੜੀ ਜਾਏ ਚੱਕ ਦੋ ਪਤਾ ਲੱਜੂ ਕਿ ਬੰਦਾ ਕੀ ਕਹਿਣਾ ਚਾਹੁੰਦਾ ਸੋ ਇਹ ਤਕਨੀਕ ਹੈ ਸਿੱਖੀ ਜਾਣੀ ਚਾਹੀਦੀ ਹੈ ਪਰ ਕੁਦਰਤੀ ਗੋਣ ਸਮਝਦੇ ਆ ਕਿ ਥੋੜਾ ਇੰਟਰਸਟ ਵੀ ਹੁੰਦਾ ਅ ਹੁਣ ਇੰਟਰਸਟ ਦੀ ਜਿਹੜੀ ਗੱਲ ਆਪਾਂ ਅੱਜ ਦੇ ਜ਼ਮਾਨੇ 'ਚ ਕਰਦੇ ਆ ਅੱਜ ਲੋਕਾਂ ਨੂੰ ਇਹ ਲੱਗਦਾ ਹੈ ਕਿ ਇਹ ਬਹੁਤ ਬੜੀ ਨੇਮ ਤੇ ਫੇਮ ਵਾਲੀ ਲਾਈਨ ਹੈ ਇਹਦੇ 'ਚ ਆਉਣਾ ਚਾਹੀਦਾ ਹੈ ਇਸ ਕਰਕੇ ਬਹੁਤ ਸਾਰੇ ਪੈਸੇ ਵਾਲੇ ਲੋਕ ਵੀ ਟਰਾਈ ਕਰਦੇ ਨੇ ਕਿ ਅਸੀਂ ਰਾਤੋਂ ਰਾਤ ਵੀ ਸਟਾਰ ਬਣਨਾ ਹੈ ਰਾਤੋਂ ਰਾਤ ਸਾਨੂੰ ਸ਼ੋਹਰਤ ਮਿਲਦੀ ਪਰ ਇਹਨਾਂ ਸੌਖਾ ਕੰਮ ਨਹੀਂ ਸਮਝਿਆ ਜਾ ਸਕਦਾ ਇਹ ਵੀ ਇੱਕ ਸਾਧਨ ਵਾਲੀ ਗੱਲ ਹੈ ਸੋ ਸਾਨੂੰ ਤਾਂ ਆਪਨੇ ਸੀ ਹੁਣ ਅਗੇ ਸਮਝ ਲੱਗੀ ਐ ਇਸ ਗੱਲ ਦੀ ਮਤਲਬ ਜ਼ਿੰਦਗੀ ਦਾ ਜਿਹੜਾ ਥੋੜਾ ਬਿਹਤਰ ਸਮਾਂ ਹੁੰਦਾ ਜਵਾਨੀ ਦਾ ਟਾਈਮ ਜਿੱਥੇ ਤੁਸੀਂ ਸੈਟਲ ਹੋਣਾ ਹੁੰਦਾ ਕਿਸੇ ਜੌਬ 'ਚ ਕਿਸੇ ਬਿਜ਼ਨਸ 'ਚ ਉਹ ਸਮਾਂ ਅਸੀਂ ਇਸ ਲਾਈਨ ਦਿੱਤਾ ਅੱਜ ਮੈਨੂੰ 29 ਸਾਲ ਹੋ ਗਏ ਇਸ ਲਾਈਨ ਦੇ ਵਿੱਚ ਕੰਮ ਕਰਦੇ ਨੂੰ ਹੁਣ ਆ ਕੇ ਸਮਝ ਲੱਗਣ ਲੱਗੀ ਐ ਕਿ ਅਸਲ 'ਚ ਇਹ ਲਾਈਨ ਹੈ ਕਿ ਇਸੇ ਪੰਜਾਬੀ ਸਿਨੇਮਾ ਜਿਹੜਾ ਹੈਗਾ ਕਈ ਵਾਰ ਬਹੁਤ ਕਿਹਾ ਜਾਵੇ ਪੰਜਾਬੀ ਸਿਨੇਮਾ ਅੱਜਕੱਲ ਬੜੀ ਤਰੱਕੀ ਕਰ ਗਿਆ ਤੁਹਾਨੂੰ ਕੀ ਲੱਗਦਾ ਜਿਦਾਂ ਮਰਾਠੀਆ ਦਾ ਸਿਨੇਮਾ ਜਾਂ ਤਾਮਿਲਾਂ ਦਾ ਸਿਨੇਮਾ ਇਹ ਹੱਦ ਤੱਕ ਗਏ ਹੈ ਹਾਲੀਵੁੱਡ ਤੱਕ ਕਿੱਥੇ ਪਹੁੰਚ ਗਿਆ ਪੰਜਾਬੀ ਸਿਨੇਮਾ ਨਹੀਂ ਇਹਦੇ ਵਿੱਚ ਕੋਈ ਦੂਰਾ ਮਾਣੀ ਪੰਜਾਬੀ ਸਿਨੇਮੇ ਨੇ ਪਹਿਲਾਂ ਨਾਲੋਂ ਤਾਂ ਬਹੁਤ ਤਰੱਕੀ ਕੀਤੀ ਹੈ ਇਹ ਚ ਕੋਈ ਬੜੀ ਮਤਲਬ ਅਤਿਕਥਨੀ ਵਾਲੀ ਗੱਲ ਨਹੀਂ ਪਰ ਜਿਹੜੀ ਅਸੀਂ ਗੱਲ ਕਰਦੇ ਨਾ ਬੰਗਾਲੀ ਥੀਏਟਰ ਦੀ ਗੱਲ ਕਰਦੇ ਆ ਬੰਗਾਲੀ ਸਿਨੇਮੇ ਦੀ ਗੱਲ ਕਰਦੇ ਆ ਮਰਾਠੀ ਥੀਏਟਰ ਦੀ ਗੱਲ ਕਰਦੇ ਆ ਮਰਾਠੀ ਸਿਨੇਮੇ ਦੀ ਗੱਲ ਕਰਦੇ ਸੋ ਮੈਂ ਸਮਝਦਾ ਕਿ ਉਹ ਜਿਹੜਾ ਸਾਉਦ ਦਾ ਸਿਨੇਮਾ ਹੈ ਸਾਉਦ ਦੇ ਸਿਨੇਮੇ ਵਿੱਚ ਇੱਕ ਵੱਡੀ ਗੱਲ ਹੈ ਜਿਵੇਂ ਸਾਡੇ ਸਿਨੇਮੇ ਦੇ ਵਿੱਚ ਪੰਜਾਬ ਦੇ ਵਿੱਚ ਹਿੰਦੀ ਫਿਲਮਾਂ ਰਿਲੀਜ਼ ਹੁੰਦੀਆਂ ਨੇ ਸਾਡੇ ਲੋਕ ਹਿੰਦੀ ਫਿਲਮਾਂ ਵੀ ਦੇਖ ਲੈਂਦੇ ਨੇ ਹੁਣ ਸਾਉਥ ਵਾਲੇ ਨੂੰ ਹਿੰਦੀ ਸਮਝ ਨਹੀਂ ਆਉਂਦੀ ਉਹ ਹਿੰਦੀ ਫਿਲਮ ਨਹੀਂ ਦੇਖਦੇ ਉਹਨਾਂ ਕੋਲ ਦੂਜਾ ਵਿਕਲਪ ਹੀ ਨਹੀਂ ਹੈ ਇਸ ਕਰਕੇ ਸਾਉਦ ਦਾ ਸਿਨੇਮਾ ਸਾਡੇ ਨਾਲੋਂ ਵੱਡਾ ਸਿਨੇਮਾ ਮੰਨਿਆ ਜਾਂਦਾ ਚੰਗਾ ਸਿਨੇਮਾ ਮੰਨਿਆ ਜਾਂਦਾ ਇਸ ਕਰਕੇ ਕਿਉਂਕਿ ਉਥੋਂ ਦੇ ਲੋਕਾਂ ਦੀ ਪਹਿਲੀ ਪ੍ਰਾਇੋਰਟੀ ਤੇ ਪਹਿਲੀ ਮਜਬੂਰੀ ਵੀ ਇਹੀ ਹੈ ਕਿ ਅਸੀਂ ਉਹੀ ਸਿਨੇਮਾ ਦੇਖਣਾ ਸਰ ਉਹੀ ਸਮਝ ਆਉਂਦੀ ਹੈ। ਸੋ ਸਾਡੇ ਕੋਲੇ ਅਸੀਂ ਹਿੰਦੀ ਸਿਨੇਮਾ ਵੀ ਹੈ। ਸਾਡੇ ਕੋਲੇ ਪੰਜਾਬੀ ਸਿਨੇਮਾ ਵੀ ਹੈ। ਹੁਣ ਤਾਂ ਸਾਡੇ ਕੋਲੇ ਇੰਗਲਿਸ਼ ਸਿਨੇਮਾ ਵੀ ਹੈ। ਹੁਣ ਸਾਡੇ ਕੋਲ ਦੁਨੀਆ ਦਾ ਸਿਨੇਮਾ ਦੀ ਹਰ ਸਬਟਾਈਟਲਿੰਗ ਆਉਂਦੀ ਹੈ। ਮੈਂ ਸਾਰਾ ਸਿਨੇਮਾ ਦੇਖ ਸਕਦੇ ਆ। ਸੋ ਇਹ ਸਾਡੇ ਸਿਨੇਮੇ ਨੇ ਅੱਜ ਪੂਰੀ ਦੁਨੀਆ ਦੇ ਵਿੱਚ ਸਾਡੇ ਪੰਜਾਬੀ ਵਸਦੇ ਨੇ ਅਮਰੀਕਾ, ਕੈਨੇਡਾ, ਇੰਗਲੈਂਡ, ਸਿਡਨੀ, ਜਾਪਾਨ ਜਿੱਥੇ ਵੀ ਤੁਸੀਂ ਦੇਖਦੇ ਹੋ। ਉਹ ਪੰਜਾਬੀ ਸਿਨੇਮਾ ਉੱਥੋਂ ਤੱਕ ਪਹੁੰਚਿਆ ਹੈ। ਜੀ। ਦੇਖੋ ਦੁਨੀਆਂ ਦੇ ਜਿਹੜੀਆਂ ਹੋਰ ਪਛਾਹਮਾਂ ਦਾ ਸਿਨੇਮਾ ਹੈ। ਮੈਂ ਬਾਹਰਲੇ ਮੁਲਕਾਂ 'ਚ ਵੀ ਜਾਣਾ ਹੈ, ਕੈਨੇਡਾ ਜਾਣਾ ਹੈ, ਆਸਟ੍ਰੇਲੀਆ ਜਾਣਾ ਹੈ, ਨਿਊਜ਼ੀਲੈਂਡ ਜਾਣਾ। ਮੈਂ ਨਹੀਂ ਕਰ ਦੇਖਿਆ ਕਿ ਉੱਥੇ ਕੋਈ ਅ ਮਰਾਠੀ ਦੀ ਫਿਲਮ ਬਾਹਰ ਲੱਗੀ ਹੋਵੇ। ਉੱਥੇ ਕੋਈ ਮਲਿਆਲਮ ਫਿਲਮ ਲੱਗੀ ਹੋਵੇ, ਉੱਥੇ ਕੋਈ ਕੰਨੜ ਫਿਲਮ ਲੱਗੀ ਹੋਵੇ, ਉੱਥੇ ਕੋਈ ਤੇਲਗੂ ਫਿਲਮ ਲੱਗੀ ਹੋਵੇ। ਹਾਂਜੀ ਫਿਲਮਾਂ ਆਉਂਦੀਆਂ ਨੇ ਸਬਟਾਈਟਲਿੰਗ ਨਾਲ ਥੋੜਾ-ਬੋੜਾ ਕਿਤੇ ਆਉਂਦੀਆਂ ਹੋਣਗੀਆਂ ਜਾਂ net ਵਗੈਰਾ ਤੇ ਆਉਂਦੀਆਂ ਨੇ ਪਰ ਸਿਨੇਮਿਆਂ 'ਚ ਜਿਵੇਂ ਸਾਡੀਆਂ ਫਿਲਮਾਂ ਲੱਗਦੀਆਂ ਨੇ ਉਹ ਸਾਡੀ ਫਿਲਮ ਲੱਗੀ ਪਿੱਛੇ ਜਿਹੜੀ ਫਿਲਮ ਆਈ ਸਾਰਿਆਂ ਨੇ ਦੇਖੀ ਅਰਦਾਸ ਕਰਾਂ ਮਤਲਬ ਇੱਕ ਕੈਨੇਡਾ ਦੇ ਵਿੱਚ ਸਿਨੇਮਾ ਸਟ੍ਰੌਬਰੀ ਹਿੱਲ ਉੱਥੇ 16-16 ਸ਼ੋਅ ਇੱਕ ਫਿਲਮ ਦੇ ਪੰਜਾਬੀ ਫਿਲਮ ਦੇ ਜਿਵੇਂ ਅਸੀਂ ਕਿਸੇ ਧਾਰਮਿਕ ਸਥਾਨ ਤੇ ਮੱਥਾ ਟੇਕਣ ਜਾਂਦੇ ਹਾਂ ਨਾ ਵੀ ਇੱਕ ਬੰਦਾ ਚਲੇ ਗਿਆ ਇੱਕ ਵਾਪਸ ਆ ਰਿਹਾ ਇੱਕ ਜਾ ਰਿਹਾ ਸੋ ਉੱਥੇ ਉਦਾਂ ਸਿਲਸਿਲਾ ਸੀ ਹਰ 15 ਮਿੰਟ ਬਾਅਦ ਸ਼ੋਅ ਚੱਲ ਰਿਹਾ ਹਰ 20 ਮਿੰਟ ਬਾਅਦ ਸ਼ੋਅ ਚੱਲ ਰਿਹਾ ਸੋ ਇਹ ਪੰਜਾਬੀ ਸਿਨੇਮਾ ਇਸ ਕਰਕੇ ਅਸੀਂ ਕਹਿੰਦੇ ਆ ਕਿ ਪੰਜਾਬੀ ਸਿਨੇਮਾ ਬਹੁਤ ਦੂਰ ਤੱਕ ਪਹੁੰਚਿਆ ਅੰਗਰੇਜ਼ਾਂ ਨੇ ਵੀ ਫਿਲਮ ਦੇਖੀ ਸਬਟਾਈਟਲਿੰਗ ਦੇ ਨਾਲ ਵੀ ਇਹੋ ਜਿਹੀ ਕਿਹੜੀ ਫਿਲਮ ਹੈ ਜਿਹੜੀ ਇੰਨੇ ਇੰਨੇ ਸ਼ੋਅ ਲੱਗੇ ਨੇ ਲੋਕ ਦੇਖਣ ਆ ਰਹੇ ਨੇ ਸੋ ਇਹ ਅਸੀਂ ਸਮਝਦੇ ਆ ਕਿ ਪੂਰੀ ਦੁਨੀਆ ਦੇ ਵਿੱਚ ਸਾਡੀਆਂ ਫਿਲਮਾਂ ਦਾ ਰਿਲੀਜ਼ ਹੋਣਾ ਪਹਿਲਾਂ ਪੰਜਾਬ ਦੇ ਵਿੱਚ 8-9 ਸਿਨੇਮਿਆਂ 'ਚ ਸਾਰੇ ਸੀ ਜਿਹੜਾ ਸਿੰਗਲ ਸਕਰੀਨ ਹੁੰਦੀ ਸੀ ਉਹੀ ਸੀ ਪਹਿਲਾਂ 4 ਸਿਨੇਮਿਆਂ 'ਚ ਰਿਲੀਜ਼ ਹੁੰਦੀ ਸੀ ਚਾਰ ਸਿਨੇਮਿਆਂ ਤੋਂ ਫਿਰ ਜਿਹੜਾ ਨੈਗੇਟਿਵ ਸੀ ਉਹ ਦੂਜੇ ਸਿਨੇਮੇ ਜਾਂਦਾ ਸੀ ਅਗਲੇ ਹਫ਼ਤੇ ਫਿਰ ਉੱਥੇ ਲੱਗਦੀ ਸੀ ਹੁਣ ਸਾਡੀਆਂ ਫਿਲਮਾਂ 1600 ਤੋਂ ਲੈ ਕੇ 1200 1800 2000 ਸਕਰੀਨਾਂ 'ਤੇ ਕਰ ਲਈ ਹੁੰਦੀਆਂ ਨੇ ਮਤਲਬ ਪੰਜਾਬੀ ਸਿਨੇਮੇ ਦੇ ਜਿਹੜਾ ਫਲਾ ਹੈ ਉਹਦੇ ਲਈ ਵੱਡੀ ਗੱਲ ਹੈ ਅੱਛਾ ਪੰਜਾਬੀ ਸਿਨੇਮੇ ਦੇ ਵਿੱਚ ਇੱਕ ਡਾਇਰੈਕਟਰ ਮਨੁਸਕਰਨ ਨੂੰ ਯਾਦ ਆ ਰਿਹਾ ਥੋੜੇ ਦਿਨ ਪਹਿਲਾਂ ਇਸ ਕੀ ਇੰਟਰਵਿਊ ਹੋਈ ਉਸਨੇ ਕਿਹਾ ਵੀ ਪੰਜਾਬੀ ਸਿਨੇਮੇ ਦੇ ਵਿੱਚ ਕੰਮ ਕਰਨੇ ਵਾਸਤੇ ਕੁੜੀਆਂ ਨੂੰ ਬਹੁਤ ਸਾਰੇ ਸਮਝੌਤੇ ਕਰਨੇ ਪਵਾਂ ਕਿੰਨੀ ਕਿ ਸਚਾਈ ਹੈ ਨਹੀਂ ਇਹ ਗੱਲ ਦੇਖੋ ਮੈਂ ਤੁਹਾਨੂੰ ਗੱਲ ਦੱਸਦਾ ਇਹ ਨਾ ਫਰਸਟ ਸਟੇਸ਼ਨ ਦੀ ਹੱਦ ਹੈ ਫਰਸਟ ਸਟੇਸ਼ਨ ਕੱਢਣ ਦੀ ਹੱਦ ਹੈ ਕਦੇ ਵੀ ਕਦੇ ਵੀ ਕੋਈ ਜਿਹੜਾ ਖੇਤਾ ਹੈ ਨਾ ਕੋਈ ਖੇਤਾ ਹੋਵੇ ਚ ਹੈ ਕਲਾ ਦਾ ਹੋਵੇ ਚਾਹੇ ਸਾਡੇ ਬਿਜ਼ਨਸ ਦਾ ਹੋਵੇ ਚਾਹੇ ਸਾਡੇ ਦਫ਼ਤਰ ਦਾ ਹੋਵੇ ਉਹ ਕਦੇ ਵੀ ਇਸ ਕਦਰ ਤੱਕ ਬਦਨਾਮ ਨਹੀਂ ਹੁੰਦਾ ਹੁੰਦਾ ਜਿਵੇਂ ਜੇ ਆਪਾਂ ਪੁਲਿਸ ਦੀ ਗੱਲ ਕਰੀਏ ਲੋਕ ਬਹੁਤ ਕਹਿੰਦੇ ਨੇ ਪੁਲਿਸ ਨਹੀਂ ਚੰਗੀ ਹੈਗੀ ਸਾਡੇ ਸਟੇਟ ਦੀ ਲੋਕ ਬਹੁਤ ਸਾਰੇ ਕਹਿੰਦੇ ਨੇ ਪਰ ਮੈਂ ਕਹਿੰਦਾ ਕਦੇ ਇੱਕ ਚੀਜ਼ ਦਾ ਇੱਕ ਸਿਰਾ ਨਹੀਂ ਹੁੰਦਾ ਸਾਡੀ ਪੁਲਿਸ ਸਾਡੇ ਹੀ ਭੈਣ ਭਰਾ ਲੋਕ ਨੇ ਜਿਹੜੇ ਨੌਕਰੀ ਕਰਦੇ ਨੇ ਉਹਨਾਂ ਵਿੱਚ ਬਹੁਤ ਇਮਾਨਦਾਰ ਲੋਕ ਨੇ ਬਹੁਤ ਚੰਗੇ ਲੋਕ ਵੀ ਹੈਗੇ ਨੇ ਤੇ ਅਸੀਂ ਸਾਡੀ ਪ੍ਰੋਬਲਮ ਇਹ ਆ ਅਸੀਂ ਸਿਰਫ ਮਾੜੇ ਲੋਕਾਂ ਨੂੰ ਦੇਖਦੇ ਆ ਉਹ ਬੰਦੇ ਨੇ ਜਿੰਨੀਆਂ ਫਿਲਮ ਬਣਾਈਆਂ ਕੋਈ ਫਿਲਮ ਨਹੀਂ ਚੱਲੀ ਕਿਉਂਕਿ ਉਹ ਬੰਦੇ ਬਾਹਰ ਰਹਿੰਦੇ ਨੇ ਅੱਜ ਪੰਜਾਬੀ ਸਿਨੇਮਾ ਕਿਤੇ ਹੋਰ ਪਹੁੰਚ ਗਿਆ ਤੁਹਾਨੂੰ ਵੀ ਮੈਂ ਮੈਥ ਨੂੰ ਗੱਲ ਦੱਸਦਾ ਮੈਂ ਬੰਬਈ ਰਹਿੰਦਾ ਸੀ ਮੈਨੂੰ ਇੱਕ ਬੰਦਾ ਭੋਜਪਰੀ ਸਿਨੇਮੇ ਦਾ ਮਿਲਿਆ ਉਹ ਭੋਜਪਰੀ ਸਿਨੇਮੇ ਵਾਲਾ ਬੰਦਾ ਕਹਿੰਦਾ ਕਹਿੰਦਾ ਪੰਜਾਬੀ ਫਿਲਮ ਬਣਾਉਣੀ ਹੈ ਮੈਨੂੰ ਕਿ ਤੁਸੀਂ ਹੀ ਬਣਾ ਸਕਦੇ ਵੀ ਤੁਸੀਂ ਬਣਾ ਹੀ ਨਹੀਂ ਸਕਦੇ ਫਿਲਮ ਕੋਈ ਗੱਲ ਨਹੀਂ ਉਹਦਾ ਕਾਰਨ ਨਹੀਂ ਸੀ ਮਖਾ ਵੀ ਤੁਸੀਂ ਪੰਜਾਬੀ ਕਲਚਰ ਦੇ ਵਿੱਚ ਰਹਿੰਦੇ ਨਹੀਂ ਤੁਹਾਨੂੰ ਪਤਾ ਨਹੀਂ ਪੰਜਾਬ 'ਚ ਅੱਜ ਕੀ ਹੋ ਰਿਹਾ ਹੈ ਨਵੇਂ ਜਨਰੇਸ਼ਨ ਨੇ ਫਿਲਮ ਦੇਖਣੀ ਹੈ ਜੋ ਪੰਜਾਬੀ ਸਿਨੇਮਾ 'ਚ ਕੁਝ ਹੋ ਰਿਹਾ ਹੈ ਉਹ ਹੀ ਦਿਖਾਉਂਗੇ ਤੁਸੀਂ ਐਸੇ ਜਿਹੜਾ ਕਲਾਕਾਰ ਹੈ ਬਈਏ ਆਪਣੇ ਉਸ ਦਾ ਜਿਹੜਾ ਹੈਗਾ ਆਮ ਲੋਕਾਂ ਵਾਸਤੇ ਹੋਆ ਜਿਹੜੀ ਕਲਾ ਕਰ ਰਿਹਾ ਆ ਆਮ ਲੋਕਾਂ ਨੂੰ ਕੋਈ ਜਵਾਬ ਦੇ ਹੀ ਹੋਆ ਜਿਸ ਤਰ੍ਹਾਂ ਇਹ ਦਲਜੀਤ ਦਾ ਮਾਮਲਾ ਹੋਇਆ ਦਲਜੀਤ ਨੇ ਉਹ ਬਿਆਨ ਦੇ ਦਿੱਤਾ ਵੀ ਅਮਰੀਕਾ 'ਵਾਂ ਮੈਂ ਪ੍ਰੋਗਰਾਮ ਨਹੀਂ ਕਰਨਾ ਵੀ ਪਾਕਿਸਤਾਨ ਦਾ ਬੰਦਾ ਉੱਥੇ ਕਰ ਰਿਹਾ ਤੇ ਰਾਸ਼ਟਰਵਾਦ ਕੱਜਕੱਲ ਬੜਾ ਰੌਲਾ ਪੈ ਰਿਹਾ ਹੂੰ ਫਨਕ ਇਸ ਤਰ੍ਹਾਂ ਲਗਾ ਬਈ ਇਹ ਕਿੰਨੀ ਉਸਨੇ ਗੀਤ গਾਇਆ ਮੈਨੂੰ ਸੌਦਾ ਸਾਨੂੰ ਸੌਦਾ ਨਹੀਂ ਭੁੱਗਦਾ ਰਾਵੀ ਤੋਂ ਚਨਾ ਪੁੱਛਦਾ ਕੀ ਹਾਲ ਏ ਸਤਲੁਜ ਦਾ ਫਿਰ ਇਹ ਸਾਰੀਆਂ ਬਾਤਾਂ ਮਤਲਬ ਸਿਰਫ ਗਾਣੇ ਨੂੰ ਯਾਰ ਪਈਏ ਬਣਾਣੇ ਨੂੰ ਇਹ ਕਈ ਨਾ ਕੋਈ ਮਤਲਬ ਵੀ ਹੈ ਨਹੀਂ ਦੇਖੋ ਮੈਂ ਇਹ ਤੁਹਾਨੂੰ ਗੱਲ ਦੱਸਦਾ ਕਿ ਪਹਿਲੀ ਗੱਲ ਤਾਂ ਇਹ ਸਾਨੂੰ ਕਲਾਕਾਰ ਨੂੰ ਵੀ ਸੋਚਣਾ ਪਊਗਾ ਵੀ ਕਲਾ ਜਿਹੜੀ ਅਸੀਂ ਕਰ ਰਹੇ ਹਾਂ ਸਾਡੇ ਕੋਲ ਜਿਹੜਾ ਗੁਣ ਹੈ ਇਹ ਕਿਹਦੇ ਲਈ ਹੈ ਬਹੁਤ ਵਾਰ ਸੈਮੀਨਾਰ ਵੀ ਸੀ ਕਰਵਾਏ ਇਸ ਗੱਲ ਦੇ ਉੱਤੇ ਵੀ ਕਲਾ ਲੋਕਾਂ ਲਈ ਹੋਵੇ ਜਾਂ ਕਲਾ ਪੈਸੇ ਲਈ ਹੋਵੇ ਜੀ ਪਹਿਲਾਂ ਸਾਨੂੰ ਇਹ ਗੱਲ ਕਲੀਅਰ ਕਰਨ ਦੀ ਲੋੜ ਹੈ ਉਸ ਤੋਂ ਬਾਅਦ ਜਿਹੜੀ ਗੱਲ ਕਰਦੇ ਆ ਮੈਂ ਮੈਂ ਸਮਝਦਾ ਹਾਂ ਪਰਸਨਲ ਜਿਹੜੀ ਗੱਲ ਹੈ ਕਿ ਕਲਾਕਾਰ ਦਾ ਨਾਂ ਤਾਂ ਕੋਈ ਧਰਮ ਹੈ ਕਲਾਕਾਰ ਦੀ ਨਾਂ ਕੋਈ ਜਾਤ ਹੈ ਨਾ ਕੋਈ ਸਟੇਟ ਹੈ ਨਾ ਕੋਈ ਮੁਲਕ ਹੈ ਕਲਾਕਾਰ ਤਾਂ ਕੋਲ ਲੋਕਾਈ ਦੇ ਪੂਰੀ ਦੁਨੀਆ ਦੇ ਹੁੰਦੇ ਨੇ ਕਲਾਕਾਰ ਸੋ ਇਹਨਾਂ ਨੂੰ ਕਿਸੇ ਬੰਦਸ਼ਾਂ ਚ ਨਹੀਂ ਮੰਨੇ ਜਾਣਾ ਚਾਹੀਦਾ ਇਹ ਹੁਣ ਹਰ ਬੰਦੇ ਦੀ ਆਪਣੀ ਸੋਚ ਤੇ ਡਿਪੈਂਡ ਕਰਦਾ ਹੈ ਕਿ ਉਹ ਕਿਹੋ ਜੀ ਗੱਲ ਕਰਦਾ ਜੇ ਤੁਸੀਂ ਗੀਤ ਉਹ ਜੇ ਗਾਉਨੇ ਹੋ ਤੁਸੀਂ ਲੋਕਾਂ ਦੇ ਸੰਦਰਭ ਦੇ ਗੀਤ ਗਾਉਨੇ ਆ ਤਾਂ ਤੁਹਾਨੂੰ ਗੱਲਾਂ ਵੀ ਉਹ ਹੀ ਕਰਨੀਆਂ ਤੁਹਾਨੂੰ ਆਪਣੇ ਵਿਚਾਰ ਵੀ ਤੁਹਾਡੇ ਉਹੀ ਹੋਣੇ ਚਾਹੀਦੇ ਆ ਇਹ ਮੈਂ ਹੁਣ ਲੋਕਾਂ ਨੂੰ ਤਾਂ ਕਹਾਂ ਵੀ ਨਸ਼ਾ ਕਰਨਾ ਬਹੁਤ ਮਾੜੀ ਗੱਲ ਐ ਤੇ ਸ਼ਾਮ ਨੂੰ ਮੈਂ ਠੇਕੇ ਤੇ ਕਿਤੇ ਗਿਰਿਆ ਪਿਆ ਹੋਵਾਂ। ਆ ਲੋਕ ਤੁਹਾਨੂੰ ਆਈਡੀਅਲ ਮੰਨਦੇ ਨੇ। ਲੋਕ ਤੁਹਾਨੂੰ ਮੰਨਦੇ ਨੇ ਕਿ ਸਾਡੇ ਮਾਰਗਦਰਸ਼ਕ ਨੇ। ਅਸੀਂ ਇਨਾ ਵਾਂ ਪੱਗ ਬੰਨਣੀ ਐ, ਅਸੀਂ ਇਨਾ ਵਾਂ ਕੱਪੜੇ ਪਾਉਣੇ ਐ। ਸੋ ਸਾਨੂੰ ਜਿਹੜਾ ਕੋਈ ਉਸ ਲੋਕਾਂ ਨੂੰ ਕਹਿੰਦੇ ਤੁਹਾਨੂੰ ਆਪ ਕਰਨਾ ਪਊਗਾ। ਨਹੀਂ ਜਿੱਤਰਾ ਇਹ ਦਿਲਜੀਤ ਨੇ ਜੋ ਕੁਝ ਕੀਤਾ ਤਾਂ ਮੈਂ ਇਸ ਨੂੰ ਚੰਗਾ ਮੰਨਾਂ। ਨਹੀਂ ਨਹੀਂ ਚੰਗਾ ਕਿਉਂ ਐ? ਮੈਂ ਤਾਂ ਮੈਂ ਤਾਂ ਉਹੀ ਗੱਲ ਕਹਿਣਾ ਵੀ ਜੋ ਤੁਸੀਂ ਗਾਉਨੇ ਹੋ। ਉਹ ਤੁਸੀਂ ਗਾਉਂਦੇ ਹੋ ਤੁਸੀਂ ਜਿਹੜੀ ਤੁਸੀਂ ਗਾ ਗੀ ਦੱਸਿਆ ਆ। ਰਾਵੀ ਤੋਂ ਚਲੋ ਹਾਂ ਗੋਣੇ ਤੁਸੀਂ ਇਹੋ ਤੇ ਤੁਸੀਂ ਉਹ ਤੇ ਇੰਪਲੀਮੈਂਟ ਆਫ ਹੁੰਦੇ ਨਹੀਂ ਹੈਗੇ ਸੋ ਤੁਹਾਨੂੰ ਉਹ ਕਰਨਾ ਚਾਹੀਦਾ ਨਾ ਜੀ ਜੀ ਅੱਛਾ ਆਪਾਂ ਨੇ ਇੱਕ ਉਹ ਬਣਾਈ ਵੀ ਥਾਨੇ ਕਲਾਕਾਰਾਂ ਦੀ ਐਸੋਸੀਏਸ਼ਨ ਜਥੇਬੰਦੀ ਉਸ ਦਾ ਕੀ ਮਕਸਦ ਹੈ ਮੈਂ ਕਿਹ ਬਾਤ ਹੋਰ ਵੀ ਸੁਣੀ ਹੈ ਵੀ ਉਸ ਦੇ ਵਿੱਚ ਵੀ ਬਹੁਤ ਸਾਰੇ ਕਲਾਕਾਰਾਂ ਗੇ ਧੜੇ ਆ ਵੀ ਐਮ ਵੀ ਮਿਰਕਾ ਫਲਾਣੇ ਦਾ ਵਿੱਚ ਵਿੱਚ ਇਹ ਵੀ ਇੱਤੇ ਵਿੱਚ ਕਰੋ ਨਹੀਂ ਧੜੇ ਨਹੀਂ ਦੇਖੋ ਹਰ ਜਦੋਂ ਕੰਮ ਹੁੰਦਾ ਹੈ ਨਾ ਦੇਖੋ ਕੋਈ ਕਲਾਕਾਰ ਸੰਗੋੜ ਦਾ ਰਹਿਣ ਵਾਲਾ ਹੈ ਕੋਈ ਕਲਾਕਾਰ ਰਾਜਸਥਾਨ ਦਾ ਰਹਿਣ ਵਾਲਾ ਹੈ ਕੋਈ ਕਲਾਕਾਰ ਅਮਰਸਰ ਦਾ ਹੈ ਕੋਈ ਦਿੱਲੀ ਦਾ ਹੈ ਠੀਕ ਹੈ ਜੀ ਕੋਈ ਚੰਡੀਗੜ੍ਹ ਦਾ ਸੋ ਅਸੀਂ ਇੱਕ ਦੂਜੇ ਨੂੰ ਕਿਵੇਂ ਜਾਣਦੇ ਆ ਸਾਡੀ ਆਪਸ ਵਿੱਚ ਕੋਈ ਰਿਸ਼ਤੇਦਾਰੀ ਹੈ ਨਹੀਂ ਅਸੀਂ ਜਾਣਦੇ ਆ ਕਲਾ ਕਰਕੇ ਸੋ ਸਾਡੇ ਪਲੇਟਫਾਰਮ ਰਾਉਣ ਦਾ ਇੱਕ ਸਭ ਤੋਂ ਵੱਡਾ ਮਕਸਦ ਸੀ ਵੀ ਲੋਕ ਨਾ ਜਿਹੜੇ ਸਾਡੀ ਜਨਰੇਸ਼ਨ ਹੈ ਉਹ ਕਈ ਵਾਰ ਸਾਡੇ ਕਲਾਕਾਰਾਂ ਨੂੰ ਦੇਖ ਕੇ ਉਹਨਾਂ ਵਰਗੇ ਵਾਲਾਂ ਦਾ ਸਟਾਈਲ ਬਣਾਉਂਦੀ ਹੈ ਉਹਨਾਂ ਵਰਗੇ ਕੱਪੜੇ ਪਾਉਂਦੀ ਹੈ ਉਹਨਾਂ ਵਰਗੇ ਬੂਟ ਪਾਉਂਦੀ ਹੈ ਉਹਨਾਂ ਵਾਂਗ ਤੁਰਨਾ ਸਿੱਖਦੀ ਹੈ ਵੀ ਜੇ ਅਸੀਂ ਕਲਾਕਾਰਾਂ ਦੀ ਕੋਈ ਸੰਸਥਾ ਬਣਾਈਏ ਤੇ ਅਸੀਂ ਕਲਾਕਾਰ ਇਕੱਠੇ ਹੋਈਏ ਅਸੀਂ ਸਮਾਜ ਨੂੰ ਕੋਈ ਚੰਗਾ ਸੁਨੇਹਾ ਦਈਏ ਫੋਰ ਐਗਜ਼ਾਮਪਲ ਨਸ਼ਿਆਂ ਦੀ ਗੱਲ ਕਰਦੇ ਆਪਾਂ ਅਸੀਂ ਨਸ਼ਾ ਮੁਕਤ ਪੰਜਾਬ ਦੀ ਗੱਲ ਕਰੀਏ ਅਸੀਂ ਜਵਾਨੀ ਨੂੰ ਬਚਾਉਣ ਦੀ ਗੱਲ ਕਰੀਏ ਹੋ ਸਕਦਾ ਬਹੁਤੇ ਨਹੀਂ ਤਾਂ ਜੇ ਉਹ ਸਾਡੀ ਅਪੀਲ ਤੋਂ ਬਾਅਦ ਕਲਾਕਾਰਾਂ ਦੇ ਇਕੱਠੇ ਹੋਣ ਦੀ ਅਪੀਲ ਤੋਂ ਬਾਅਦ ਥੋੜੇ ਲੋਕਾਂ ਦੇ ਗੱਲ ਸਮਝ ਆ ਜੇ ਅਸੀਂ ਸਮਝਾਂਗੇ ਅਸੀਂ ਕਾਮਯਾਬ ਹੋਏ ਹਾਂ ਸੋ ਸਮਾਜ ਜੇ ਸਾਨੂੰ ਪਿਆਰ ਕਰਦਾ ਤਾਂ ਸਾਡਾ ਵੀ ਫਰਜ਼ ਬਣਦਾ ਸੀ ਸਮਾਜ ਨੂੰ ਉਹਦੇ ਅਵਜ਼ਾਨੇ ਵਜੋਂ ਕੁਝ ਦਈਏ ਜੀ ਜੇ ਸਮਾਜ ਸਾਡਾ ਸਤਿਕਾਰ ਕਰਦਾ ਤਾਂ ਅਸੀਂ ਆਪਣਾ ਸਮਾਜ ਲਈ ਕੀ ਯੋਗਦਾਨ ਪਾ ਰਹੇ ਹਾਂ ਉਹ ਸੰਸਥਾ ਇਸ ਲਈ ਸੀ ਦੂਜੀ ਗੱਲ ਇਸ ਲਈ ਸੀ ਵੀ ਬਹੁਤ ਸਾਰੇ ਸਾਡੇ ਜਿਹੜੇ ਕਲਾਕਾਰ ਨੇ ਜਿਹੜੇ ਕਰੈਕਟਰ ਰੋਲ ਕਰਦੇ ਨੇ ਉਹ ਉਹਨਾਂ ਦੀ ਜਦੋਂ ਵੱਡੀ ਉਮਰ ਹੋ ਜਾਂਦੀ ਹੈ ਤਾਂ ਉਹਨਾਂ ਦੀ ਕੋਈ ਪੁੱਛਗਿੱਛ ਕਰਨal ਨਹੀਂ ਹੁੰਦਾ ਬੰਦੇ ਨੇ ਸਾਰੀ ਉਮਰ ਐਕਟਿੰਗ ਕੀਤੀ ਉਹਨੂੰ ਕੋਈ ਹੋਰ ਕੰਮ ਤਾਂ ਆਉਂਦਾ ਨਹੀਂ ਹੁੰਦਾ ਸੋ ਉਹ ਬੰਦੇ ਨੂੰ ਇੱਕ ਮੋਰਲ سپورਟ ਦੀ ਲੋੜ ਹੈ ਉਹਨੂੰ ਆਰਥਿਕ سپورਟ ਦੀ ਵੀ ਲੋੜ ਹੈ ਉਹਨੂੰ ਸਾਰੇ ਪੱਖਾਂ ਦੀ ਲੋੜ ਹੈ ਉਹਨੂੰ ਕੋਈ ਪੁੱਛਣ ਕਿੰਨਾਂ ਨਾਲ ਹੋਵੇ ਜਦੋਂ ਇੱਕ ਕਲਾਕਾਰ ਸ਼ੂਟਿੰਗ ਕਰਨ ਆਉਂਦਾ ਹੈ ਗੀਤ ਗਾਉਂਦਾ ਹੈ ਪ੍ਰੋਗਰਾਮ ਕਰਦਾ ਲੈਕਚਰ ਕਰਦਾ ਤਾਂ ਹਜ਼ਾਰਾਂ ਲੋਕ ਉਹਦੇ ਪਿੱਛੇ ਭੱਜੇ ਫਿਰਦੇ ਨੇ ਸੈਂਕੜੇ ਲੋਕ ਪਿੱਛੇ ਭੱਜੇ ਫਿਰ ਜਦੋਂ ਬਜ਼ੁਰਗ ਹੋ ਕੇ ਉਹੀ ਕਲਾਕਾਰ ਇਸ ਦੁਨੀਆ ਤੋਂ ਚਲਾ ਜਾਂਦਾ ਤਾਂ ਕਈ ਵਾਰ ਉਹਦੇ ਜਨਾਜ਼ੇ ਦੇ ਪਿੱਛੇ ਤੁਰਨ ਵਾਲਾ ਕੋਈ ਕਲਾਕਾਰ ਨਹੀਂ ਹਸਣ ਲੱਗਦਾ ਕਿ ਇਹੋ ਜੀ ਸੰਸਥਾ ਹੋਵੇ ਜਿਹੜੀ ਉਹਨਾਂ ਕਲਾਕਾਰਾਂ ਨੂੰ ਰਿਸਪੈਕਟ ਦੇਵੇ ਜਿਨ੍ਹਾਂ ਨੂੰ ਲੋਕਾਂ ਨੇ ਆਪਣੀਆਂ ਅੱਖਾਂ ਤੇ ਕਿਸੇ ਮੌਕੇ ਚੁੱਕਿਆ ਹੋਇਆ ਸੀ ਜਾਂ ਸਾਡੀ ਇਸ ਲਾਈਨ ਦੇ ਵਿੱਚ ਬਹੁਤ ਸਾਰੇ ਨਵੇਂ ਮੁੰਡੇ ਕੁੜੀਆਂ ਆਉਂਦੇ ਨੇ ਉਹਨਾਂ ਨੂੰ ਜੋ ਦਿੱਕਤਾਂ ਆਉਂਦੀਆਂ ਨੇ ਉਹਨਾਂ ਨੂੰ ਗਾਈਡਲਾਈਨ ਦੇਣ ਦੇ ਲਈ ਉਹਨਾਂ ਨੂੰ ਸਹੀ ਮਾਰਗਦਰਸ਼ਕ ਦੇ ਲਈ ਕੋਈ ਇਹੋ ਜੀ ਸੰਸਥਾ ਹੋਵੇ ਹੁਣ ਕਈ ਵਾਰ ਸਾਡੀਆਂ ਅੱਜ ਵੀ ਅਸੀਂ 2019 ਚ ਬੈਠੇ ਆ ਅੱਜ ਵੀ ਸਾਡੀਆਂ ਕੁੜੀਆਂ ਨੂੰ ਸਾਡੀਆਂ ਧੀਆਂ ਨੂੰ ਇਸ ਲਾਈਨ ਵਿੱਚ ਆਉਣ ਲਈ ਘਰੋਂ ਬਹੁਤ ਔਖਾ ਨਿਕਲਣਾ ਪੈਂਦਾ ਹੈ ਚਲੋ ਕਿਵੇਂ ਨਾ ਕਿਵੇਂ ਸਟ੍ਰਗਲ ਕਰਕੇ ਹਿੰਮਤ ਕਰਕੇ ਘਰੋਂ ਨਿਕਲਦੀਆਂ ਨੇ ਜੇ ਇੱਥੇ ਉਹਨਾਂ ਕੋਈ ਮਿਸਐਪਲਿੰਗ ਹੁੰਦੀ ਹੈ ਕੋਈ ਮਿਸਬਿਹੇਵ ਹੁੰਦਾ ਹੈ ਤਾਂ ਉਹਨਾਂ ਕੋਲ ਘਰਾਂ ਤੋਂ ਇਲਾਵਾ ਕੋਈ ਇਹੋ ਜੀ ਸਸਤਾ ਹੋਵੇ ਜਿਨ੍ਹਾਂ ਕੋ ਆਪਣਾ ਦੁੱਖ ਰੋ ਸਕਣ ਉਹ ਜੇ ਹੁਣ ਉਹ ਕੁੜੀ ਆਪਣੇ ਘਰ ਦੇ ਆ ਕੇ ਦੁੱਖ ਜਾ ਕੇ ਦੱਸਦੀ ਹੈ ਤਾਂ ਘਰ ਦੇ ਕਹਿੰਦੇ ਕਿ ਤੈਨੂੰ ਤਾਂ ਅਸੀਂ ਪਹਿਲਾਂ ਹੀ ਕਿਹਾ ਸੀ ਲਾਈਨ ਚੰਗੀ ਨਹੀਂ ਤੂੰ ਵਜਾ ਕਰੇ ਉਹਦਾ ਰਸਤਾ ਉੱਥੇ ਬੰਦ ਹੋ ਗਿਆ ਉਹਦੇ ਨਾਲ ਨਾਲ ਹੋਰ ਆਉਣ ਵਾਲੇ ਕੁੜਿਆਂ ਦੇ ਰਸਤੇ ਬੰਦ ਹੋ ਗਏ ਸੋ ਇਸ ਤਰ੍ਹਾਂ ਕਰਕੇ ਅਸੀਂ ਇੱਕ ਸੰਸਥਾ ਬਣਾਈ ਹੈ ਜਿਹਦੇ ਵਿੱਚ ਅਸੀਂ ਸਾਰੇ ਪੰਜਾਬ ਦੇ ਜਿਹੜੇ ਸੀਨੀਅਰ ਕਲਾਕਾਰ ਹਨ ਉਹਨਾਂ ਨੂੰ ਜੋੜਨ ਦੀ ਕੋਸ਼ਿਸ਼ ਕੀਤੀ ਵੀ ਇਕੱਠੇ ਹੋ ਕੇ ਆ ਸਾਡੂੰ ਉਮੀਦ ਹੈ ਕਿ ਅਸੀਂ ਅਗਲੇ ਸਾਲ ਤੋਂ ਬਕਾਇਦਾ ਕੈਲੰਡਰ ਬਣਾ ਕੇ ਆਪਣੇ ਪ੍ਰੋਗਰਾਮ ਜਿਹਦੇ ਵਿੱਚ ਹੋ ਸਕਦਾ ਅਸੀਂ ਬਲੱਡ ਡੋਨੇਸ਼ਨ ਕੈਂਪ ਲਾਈਏ ਕੋਈ ਹੋਰ ਆਈ ਡੋਨੇਸ਼ਨ ਦਾ ਕੈਂਪ ਲਾਈਏ ਕੋਈ ਹਜੇ ਕੈਂਪ ਲਾਈਏ ਜਿਹਦੇ ਵਿੱਚ ਸਮਾਜ ਨੂੰ ਕੁਝ ਚੰਗੇ ਸੇਧ ਮਿਲ ਸਕੀ ਜਦ ਵੀ ਨਾ ਕਦੇ ਮੈਂ ਪੰਜਾਬੀ ਫਿਲਮਾਂ ਕੇ ਪੋਸਟਰ ਦੇਖਾਂ ਪੰਜਾਬੀ ਫਿਲਮਾਂ ਕੇ ਪ੍ਰਚਾਰ ਵਾਲੇ ਪਰਚੇ ਜਿੰਨੇ ਵੀ ਛਾਪਾਂ ਜਦੋਂ ਮੈਂ ਪੜਹਾਓ ਸਾਰੀ ਪੰਜਾਬੀ ਫਿਲਮਾਂ ਕੇ ਨਾ ਅੰਗਰੇਜ਼ੀ ਕੇ ਵਿੱਚ ਲਿਖੇ ਹੋਆ ਮੈਨੂੰ ਇਸ ਬਾਤ ਨੂੰ ਬੜੀ ਹੈਰਾਨੀ ਹੋਆ ਵੀ ਵੀ ਪੰਜਾਬੀ ਫਿਲਮ ਹੈ ਨਾ ਉਸ ਕਾ ਅੰਗਰੇਜ਼ੀ ਕੇ ਵਿੱਚ ਹੈ ਮੈਨੂੰ ਤੁਹਾਨੂੰ ਲੱਗਦਾ ਨਹੀਂ ਵੀ ਪੰਜਾਬੀ ਫਿਲਮ ਕਾ ਜਿਹੜਾ ਪ੍ਰਚਾਰ ਹੈ ਪੰਜਾਬੀ ਕੇ ਵਿੱਚ ਹੋਣਾ ਜਿਹਦਾ ਥੱਲੇ ਇਹ ਬੇਸਿਕ ਅੰਗਰੇਜ਼ੀ ਲਿਖੀ ਹੋਆ ਜਦ ਕਿ ਅੰਗਰੇਜ਼ੀ ਕੇ ਤੋਂ ਅੱਖਰ ਹੋਏਗੇ ਬੜੇ ਬੜੇ ਗੈਂੜਿਆਂ ਵਰਗੇ ਪੰਜਾਬੀ ਕਾ ਛੋਟਾ ਜਿਹਾ ਬਲੂਂਗੜਾ ਜਿਤਨਾ ਬਚਾਰਾ ਲੁਕਦਾ ਫਿਰਦਾ ਕਿਤੇ ਵੱਡ ਗਿਆ ਹੋਆ ਇਹ ਬੜੀ ਚੀਜ਼ ਹੈ ਜਿਹੜੀ ਮੇਰੇ ਖਿਆਲ ਹੈ ਪੰਜਾਬੀ ਫਿਲਮਾਂ ਮੈਂ ਬਹੁਤ ਦੇਖੀ ਹੈ ਹਰੇਕ ਪੰਜਾਬੀ ਫਿਲਮ ਕਾ ਇਸ ਤਰ੍ਹਾਂ ਜਿਹੜਾ ਬੰਦਾ ਫਿਲਮ ਦੇ ਉੱਤੇ ਪੈਸੇ ਲਾਉਂਦਾ ਜਿਹਨੂੰ ਫਿਰ ਪ੍ਰੋਡਿਊਸਰ ਕਹਿੰਦੇ ਆ ਇਹ ਸਾਰਾ ਕੁਝ ਉਹਨਾਂ ਦੀ ਸੋਚ ਨਮਨਸਰ ਕਰਦਾ ਹੈ ਉਹ ਬੰਦੇ ਨੂੰ ਪੰਜਾਬੀ ਭਾਸ਼ਾ ਚੰਗੀ ਲੱਗਦੀ ਹੈ ਅੰਗਰੇਜ਼ੀ ਚੰਗੀ ਲੱਗਦੀ ਹੈ ਉਹਨੂੰ ਹਿੰਦੀ ਚੰਗੀ ਲੱਗਦੀ ਹੈ ਉਹਨੂੰ ਉਰਦੂ ਚੰਗਾ ਲੱਗਦਾ ਹੁਣ ਤੁਸੀਂ ਦੇਖੋ ਬਹੁਤ ਸਾਰੀਆਂ ਸਾਡੀਆਂ ਫਿਲਮਾਂ ਇਹੋ ਜਿਹੀਆਂ ਨੇ ਜਿਨ੍ਹਾਂ ਫਿਲਮਾਂ ਦੇ ਵਿੱਚ ਜਦੋਂ ਸਿਨੇਮੇ ਤੇ ਚੱਲਦੀ ਹੈ ਫਿਲਮ ਨੂੰ ਜਦੋਂ ਨਾਂ ਆਉਂਦਾ ਹੈ ਪੰਜਾਬੀ ਦਾ ਨਾਂ ਪਹਿਲਾਂ ਆਊਗਾ ਅੰਗਰੇਜ਼ੀ ਦਾ ਵੀ ਆਊਗਾ ਉਰਦੂ ਦਾ ਵੀ ਆਊਗਾ ਹਿੰਦੀ ਦਾ ਵੀ ਆਊਗਾ ਤੋਂ ਬੰਦੇ ਨੂੰ ਲੱਗਦਾ ਕਿ ਸਾਡੀ ਜਿਹੜੀ ਦਰਸ਼ਕ ਨੇ ਸਾਡੇ ਦਰਸ਼ਕ ਅਲੱਗ-ਅਲੱਗ ਪਛਾਮਾਂ ਵਾਲੇ ਵੀ ਹੋ ਸਕਦੇ ਨੇ ਸਾਡੇ ਦਰਸ਼ਕ ਹੋ ਸਕਦਾ ਹੈ ਇਹ ਫਿਲਮ ਕੱਲ ਨੂੰ ਪਾਕਿਸਤਾਨ 'ਚ ਵੀ ਰਿਲੀਜ਼ ਹੋਣੀ ਹੋਵੇ ਉੱਥੇ ਸਾਡੀ ਫਿਲਮ ਦਾ ਨਾਮ ਉਰਦੂ 'ਚ ਵੀ ਚਾਹੀਦਾ ਜਾਂ ਕੋਈ ਸ਼ਹਿਰੀ ਤਬਕਾ ਐਸਾ ਹੈ ਜਿਨ੍ਹਾਂ ਨੂੰ ਇਹ ਲੱਗਦਾ ਕਿ ਅਸੀਂ ਤਾਂ ਹਿੰਦੀ ਬੋਲਣ 'ਚ ਅਸੀਂ ਪ੍ਰਾਊਡ ਫੀਲ ਕਰਦੇ ਹਾਂ ਸਾਨੂੰ ਮਾਣ ਮਹਿਸੂਸ ਹੁੰਦਾ ਹੈ ਕਿ ਅਸੀਂ ਹਿੰਦੀ ਬੋਲੀਏ ਆ ਸਾਡਾ ਉਹਦੇ ਨਾਲ ਪਤਲਾ ਕਿ ਅਸੀਂ ਮਾਡਰਨ ਲੋਕ ਆ ਨਹੀਂ ਇਹਦਾ ਮਤਲਬ ਇਹ ਹੋਇਆ ਨਾ ਵੀ ਜਿਹੜਾ ਪ੍ਰੋਡਿਊਸਰ ਫਿਲਮਾਂ ਬਣਾ ਰਹੇ ਉਹਨਾਂ ਕੋ ਪੰਜਾਬੀ ਗੱਲ ਕੋਈ ਲੈਣਾ ਦੇਣਾ ਨਹੀਂ ਨਹੀਂ ਲੈਣਾ ਦੇਣਾ ਹੈਗਾ ਉਹ ਵੀ ਪੰਜਾਬੀ ਡਾਇਲੋਗ ਪੰਜਾਬੀ ਆ ਸਾਰਾ ਕੁਝ ਪੰਜਾਬੀ ਹੈ ਸਾਰਾ ਕੁਝ ਪੰਜਾਬੀ ਹੈ ਦੇਖੋ ਮੈਂ ਉਹੀ ਗੱਲ ਕਰਦਾ ਨਾ ਕਿ ਉਹ ਇੱਕ ਬਿਜ਼ਨਸਮੈਨ ਬੰਦਾ ਹੈ ਉਹਨੂੰ ਸਭ ਤੋਂ ਜਿਹੜੀ ਗੱਲ ਦੀ ਪ੍ਰਾਇਓਰਟੀ ਹੈ ਉਹਨੂੰ ਲੱਗਦਾ ਹੈ ਕਿ ਮੇਰਾ ਜਿਹੜਾ ਮੁੱਖ ਮੰਤਵ ਬਿਜ਼ਨਸ ਕਰਨਾ ਹੈ ਕਿ ਮੈਂ ਸਾਰੇ ਲੋਕਾਂ ਨੂੰ ਕੈਸ਼ ਕਰਨਾ ਹੈ ਅੱਗੇ ਜਦੋਂ ਫਿਲਮ ਬਣਦੀ ਸੀ ਫਿਲਮ ਦੇ ਵਿੱਚ ਦੇਖੋ ਕੀ ਕਹਿੰਦੇ ਸੀ ਵੀ ਇੱਕ ਕਮੀਡੀਅਨ ਚਾਹੀਦਾ ਦੋ ਚਾਰ ਐਕਸ਼ਨ ਦੇ ਸੀਨ ਚਾਹੀਦੇ ਆ ਹਨੋ ਗੀਤ ਵੀ ਚਾਹੀਦੇ ਆ ਉਹ ਕਹਿੰਦੇ ਵੀ ਜਿਹੜੇ ਬੰਦੇ ਨੂੰ ਕਮੇਡੀ ਪਸੰਦ ਹੈ ਉਹ ਕਮੇਡੀਆ ਕਿ ਫਿਲਮ ਦੇਖੂਗਾ ਜਿਹੜੇ ਬੰਦੇ ਨੂੰ ਐਕਸ਼ਨ ਪਸੰਦ ਹੈ ਐਕਸ਼ਨ ਵਾਲੀ ਫਿਲਮ ਦੇਖੂਗਾ ਸੋ ਇਹ ਮੈਂ ਜਿਹੜੀ ਗੱਲ ਕਰਦਾ ਕਿ ਪੈਸਾ ਬਹੁਤ ਵਾਰ ਕਿਸਾਨ ਨੂੰ ਸਵਾਲ ਪੁੱਛਿਆ ਜਾਂਦਾ ਅਸੀਂ ਫਿਲਮ ਚ ਕੰਮ ਕੀਤਾ ਹੈ ਇਹ ਸਵਾਲ ਤੁਸੀਂ ਪੁੱਛਿਆ ਨਹੀਂ ਵੀ ਤੁਹਾਡੀ ਫਿਲਮਾਂ ਪੰਜਾਬੀ ਚ ਕਿਉਂ ਨਹੀਂ ਹੁਣ ਉਹ ਸਾਡੇ ਹੱਥ-ਵਾਸ ਨਹੀਂ ਹੈ ਗੱਲ ਉਹ ਮੈਂ ਤਾਂ ਗੱਲ ਕਰ ਰਿਹਾ ਕਿ ਇਸ ਦਾ ਜਿਹੜਾ ਸਾਰਾ ਤਾਰੂਮਦਾਰ ਹੈ ਕਿਉਂਕਿ ਡਿਜ਼ਾਈਨ ਕਿੱਥੋਂ ਹੋਣਾ ਹੈ ਇਹ ਸਾਰਾ ਪ੍ਰੋਡਿਊਸਰ ਨੂੰ ਦੱਸਣਾ ਹੈ ਕਿਹਨੇ ਡਿਜ਼ਾਈਨ ਕਰਨਾ ਹੈ ਉਹ ਦੱਸਣਾ ਹੈ ਉਹਦੇ ਉੱਤੇ ਕਿਹਦੀ ਫੋਟੋ ਤੇ ਉਹਦੇ ਵਿੱਚ ਕਿਹੜਾ ਨਾਮ ਲਿਖਿਆ ਜਾਣਾ ਹੈ ਅੰਗਰੇਜ਼ੀ ਚ ਨਾਮ ਲਿਖਿਆ ਜਾਣਾ ਪੰਜਾਬੀ ਲਿਖਿਆ ਜਾਣਾ ਇਹ ਪ੍ਰੋਡਿਊਸਰ ਤੇ ਮਨ ਅਸਰ ਕਰਦਾ ਹੈ ਸਾਡੀ ਦਿਲੀ ਇਛਾ ਹੈ ਕਿ ਉਹਦੇ ਵਿੱਚ ਜਿਹੜਾ ਮੇਨ ਨਾਮ ਹੈ ਉਹ ਪੰਜਾਬੀ ਦਾ ਹੀ ਹੋਣਾ ਚਾਹੀਦਾ ਹੈ ਕਿਉਂਕਿ ਪੰਜਾਬੀ ਫਿਲਮਾਂ ਪੰਜਾਬੀ ਸਾਡੀ ਭਾਸ਼ਾ ਹੈ ਪਰ ਹੁਣ ਇਹ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਹੁਣ ਕੁਝ ਟਾਈਮ ਤੋਂ ਇਹ ਗੱਲ ਹੋਣ ਲੱਗੀ ਹੈ ਪੰਜਾਬੀ ਦੇ ਵਿੱਚ ਨਾਮ ਲਿਖਿਆ ਜਾਣ ਲੱਗਿਆ ਪੰਜਾਬੀ ਚ ਪ੍ਰਚਾਰ ਆਚਾਰਿਆ ਜਾਣ ਲੱਗਿਆ ਈਵਨ ਕਿ ਜਿਹੜੀਆਂ ਸਾਡੀਆਂ ਪ੍ਰੈਸ ਕਾਨਫਰੰਸ ਹੁੰਦੀਆਂ ਨੇ ਉਹਦੇ ਵਿੱਚ ਬਹੁ ਗਿਣਤੀ ਲੋਕਾਂ ਨੂੰ ਇਹ ਕਿਹਾ ਜਾਂਦਾ ਹੈ ਕਿ ਤੁਸੀਂ ਜਿਹੜੇ ਪੰਜਾਬੀ ਦੇ ਅਖਬਾਰ ਨੇ ਜਿਹੜੇ ਪੰਜਾਬੀ ਦੇ ਚੈਨਲ ਨੇ ਤੁਸੀਂ ਉਹਨਾਂ ਨੂੰ ਪਹਲ ਦਿਓ ਕਿ ਤੁਸੀਂ ਉਹਨਾਂ ਨਾਲ ਗੱਲਬਾਤ ਕਰ ਲਈਏ ਤਾਂ ਕਿ ਸਾਡੀ ਜਿਹੜੀ ਪੰਜਾਬੀ ਬੋਲ ਦੀ ਆਡੀਅנס ਹੈ ਉਹ ਪੰਜਾਬੀ ਫਿਲਮ ਦੇਖੂਗੀ ਇੱਕ ਇਹ ਟਾਈਮ ਸੀ ਪੰਜਾਬ ਦੇ ਵਿੱਚ ਕਿ ਜਦੋਂ ਹਿੰਦੀ ਫਿਲਮ ਲੱਗਦੀ ਸੀ ਸਾਡੀ ਫਿਲਮ ਦੇ ਬਰਾਬਰ ਤਾਂ ਸਾਡੀ ਪੰਜਾਬੀ ਫਿਲਮ ਨਾਲ ਬੰਦਾ ਸੋਚਦਾ ਸੀ ਕਿ ਯਾਰ ਹਿੰਦੀ ਫਿਲਮ ਲੱਗੀ ਫਰਾਂ ਦੇ ਵੱਡੇ ਕਲਾਕਾਰ ਦੀ ਫਿਲਮ ਹੈ ਸਾਡੀ ਫਿਲਮ ਬਹੁਤ ਅਸਰ ਪਾਊਗਾ ਜਿਹੜੀ ਗੱਲ ਜਿਹੜਾ ਸਵਾਲ ਤੁਹਾਡਾ ਹੈ ਮੈਂ ਉਸੇ ਤੇ ਅਦਾਰੇ ਆਉਣ ਲੱਗੇ ਹੁਣ ਸਭ ਤੋਂ ਉਲਟਾ ਇਹ ਹੋਇਆ ਕਿ ਹੁਣ ਹਿੰਦੀ ਫਿਲਮਾਂ ਵਾਲੇ ਸੋਚਦੇ ਨੇ ਕਿ ਪੰਜਾਬੀ ਫਿਲਮ ਕਿਹੜੀ ਲੱਗ ਰਹੀ ਹੈ ਅਸੀਂ ਫਿਲਮ ਲਾਈਏ ਨਾ ਲਾਈਏ ਕਿਉਂਕਿ ਹੁਣ ਹਿੰਦੀ ਫਿਲਮ ਦੀ ਪੰਜਾਬ ਦੇ ਵਿੱਚ ਆਡੀਅנס ਘਟੀ ਹੈ ਤੇ ਜਿਹੜੀ ਪੰਜਾਬੀ ਫਿਲਮ ਹੈ ਉਹਦੀ ਸਾਡਾ ਦਰਸ਼ਕ ਵਧਿਆ ਹੈ ਚੜਾਈ ਹੋ ਰਹੀ ਹੈ ਹਾਂ ਬਿਲਕੁਲ ਅੱਛਾ ਥਾਨੇ ਆਪਣੇ ਬਾਲੀਵੁੱਡ ਕੇ ਹਾਲੀਵੁੱਡ ਕੇ ਸਿਨੇਮਾ ਦੇ ਵਿੱਚ ਵੀ ਕੰਮ ਕਰਿਆ ਜਿੱਥੇ ਬਹੁਤ ਲੋਕਾਂ ਦਾ ਸੁਪਨਾ ਰਹਾ ਵੀ ਹਮੇ ਹਾਲੀਵੁੱਡ ਮਾਂ ਮੈਂ ਉਹ ਇੱਕ ਮਲਕੀਤ ਰੌਣੀ ਰੌਣੀ ਪਿੰਡ ਵਾਲਾ ਜਿਹੜਾ ਬੰਦਾ ਹਾਲੀਵੁੱਡ ਮੈਂ ਜਾ ਕੇ ਕਿਸ ਤਰ੍ਹਾਂ ਦਾ ਤਜਰਬਾ ਰਿਹਾ ਕਿਹੜੀ ਫਿਲਮ ਤੀ ਉਹ ਉਹ ਫਿਲਮ ਦਾ ਨਾਮ ਸੀ ਦਾ ਜੀਨੀਅਸ ਆਫ ਬਿਊਟੀ ਜਿਹੜੀ ਫਿਲਮ ਹੈ ਕੀਤੀ ਹਾਲੀਵੁੱਡ ਦੀ ਦੇਖੋ ਗੱਲ ਇਹ ਹੈ ਤੁਹਾਡਾ ਇੱਛਾ ਹੁੰਦੀ ਹੈ ਕਿ ਤੁਸੀਂ ਵੱਖ-ਵੱਖ ਲੋਕਾਂ ਨਾਲ ਕੰਮ ਕਰਾਂ ਵੱਖ-ਵੱਖ ਪਸ਼ਾਵਾਂ ਚ ਕੰਮ ਕਰਾਂ ਪਰ ਮੈਂ ਇਸ ਗੱਲ ਚ ਕੋਈ ਉਲਾਂ ਨਹੀਂ ਜਿਹੜੀ ਤੁਹਾਡੀ ਮਾਂ ਬੋਲੀ ਹੈ ਤੁਹਾਨੂੰ ਉਹਦੇ ਵਿੱਚ ਕੰਮ ਕਰਕੇ ਜੋ ਆਨੰਦ ਆ ਸੰਦੂਜੀ ਭਾਸ਼ਾ ਨਹੀਂ ਆ ਸਕਦਾ ਉਹ ਫਿਲਮ ਮੈਂ ਤਾਂ ਅੰਗਰੇਜ਼ੀ ਬੋਲੀ ਨਹੀਂ ਉਹ ਫਿਲਮ ਚ ਅੰਗਰੇਜ਼ੀ ਵੀ ਬੋਲੀ ਉਹ ਫਿਰ ਹਿੰਦੀ ਵੀ ਬੋਲੀ ਉਹ ਫਿਰ ਪੰਜਾਬੀ ਬੋਲੀ ਉਹ ਮਿਕਸ ਬੰਦਾ ਐ ਸੋ ਪੰਦੇ ਬੰਦਾ ਕੌਣ ਐ ਉਹ ਅੰਗਰੇਜ਼ੀ ਚ ਪੁੱਛਦਾ ਦੂਜੇ ਐਕਟਰ ਨੂੰ ਕਹਿੰਦੇ ਬੰਦਾ ਕੌਣ ਐ ਅੰਗਰੇਜ਼ੀ ਬੋਲੀ ਜਾਂਦਾ ਪੰਜਾਬੀ ਹਿੰਦੀ ਬੋਲੀ ਜਾਂਦਾ ਉਹ ਕਹਿੰਦਾ ਜੀ ਬੰਦਾ ਪੰਜਾਬੀ ਐ ਇਹ ਰਹਿਣਾ ਕਿ ਸ਼ਹਿਰ ਚ ਲੱਗਿਆ ਤੇ ਹੁਣੇ ਬਾਹਰ ਜਾਣ ਦੇ ਚੱਕਰ ਚ ਵੀ ਇਹਦੇ ਕੋਈ ਫੋਰਨਰ ਬੰਦੇ ਆਉਂਦੇ ਨੇ ਹੁਣੇ ਸਕੇ ਅੰਗਰੇਜ਼ੀ ਸਿੱਖ ਲੈ ਜੀ ਸੋ ਇਹੋ ਜੀ ਗੱਲ ਐ ਕਿਉਂਕਿ ਮੈਨੂੰ ਉਹ ਕਹਿੰਦੇ ਤੁਸੀਂ ਅੰਗਰੇਜ਼ੀ ਬੋਲੋ ਮੈਂ ਕਹਿੰਦਾ ਮੈਂ ਤੂੰ ਦੇਖਣ ਨੂੰ ਅੰਗਰੇਜ਼ੀ ਨਹੀਂ ਲੱਗਦਾ ਮੈਂ ਤੂੰ ਅੰਗਰੇਜ਼ੀ ਕਿਉਂ ਬੋਲਾ ਰਹੇ ਤੁਸੀਂ ਸੋ ਇਹੋ ਜੀ ਗੱਲ ਹੈ ਕਿ ਹਰ ਪਾਸਾ 'ਚ ਸਾਨੂੰ ਕੰਮ ਕਰਨਾ ਵੀ ਚਾਹੀਦਾ ਹੈ ਸਾਡਾ ਸੁਪਨਾ ਵੀ ਹੁੰਦਾ ਹੈ ਕਿ ਹਰ ਪਾਸਾ 'ਚ ਆਪਾਂ ਕੰਮ ਕਰੀਏ ਪਰ ਜਿਹੜੀ ਤੁਹਾਡੀ ਮਾਂ ਬੋਲੀ ਹੈ ਜਿੰਨਾ ਚੰਗਾ ਕੰਫਰਟੇਬਲ ਤੁਸੀਂ ਉਹ 'ਚ ਕੰਮ ਕਰ ਸਕਦੇ ਹੋ ਆਪਣੀ ਅਦਾਕਾਰੀ ਜਿਹੜੀ ਕਲਾ ਹੈ ਤੁਸੀਂ ਉਹਦਾ ਸਹੀ ਪ੍ਰਦਰਸ਼ਨ ਆਪਣੀ ਮਾਂ ਬੋਲੀ 'ਚ ਕਰ ਸਕਦੇ ਹੋ ਚੰਗਿਆੜਾ ਨਿਕਲ ਸਕਦਾ ਹੈ ਚੰਗਿਆੜਾ ਅਸਲੀ ਹਾਂ ਜਿੰਨੇ ਤੁਸੀਂ ਚੰਗਿਆੜਾ ਕਹਿੰਦੇ ਹੋ ਅਜੇ ਥਾਨੇ ਇੱਕ ਚਮਕੌਰ ਸਾਹਿਬ ਆਪਣੀ ਸੰਸਥਾ ਬਣਾਈ ਵੀ ਹੈ ਉਹ ਕਿਆ ਕੰਮ ਕਰ ਰਹੀ ਹੈ ਬੱਚਿਆਂ ਵਾਸਤੇ ਤੁਹਾਨੂੰ ਮੈਂ ਬਾਤ ਕਰ ਰਿਹਾ ਹਾਂ ਉਹ ਸਾਡੀ ਸੰਸਥਾ ਆਦਰਸ਼ ਐਜੂਕੇਸ਼ਨਲ ਟਰਸਟ ਹੈ ਇੱਕ ਬਣਾਇਆ ਹੋਇਆ ਜਿਹੜਾ ਉਹ ਅਸੀਂ ਲੋਕਾਂ ਦੀ ਭਲਾਈ ਲਈ ਬਣਾਇਆ ਹੈ ਕਿ ਅਸੀਂ ਕੁਝ ਲੋਕਾਂ ਨੇ ਮਿਲ ਕੇ ਉਹ ਟਰਸਟ ਦੀ ਸਥਾਪਨਾ ਕੀਤੀ ਜਿਸ ਸਵਰਨ ਸਿੰਘ ਪੰਗੋ ਹੋਰੀ ਮੇਨ ਸੀ ਮੈਡਮ ਗੁਰਪ੍ਰੀਤ ਕੌਰ ਪੰਗੋ ਸੀ ਸਾਡੇ ਹੋਰ ਕਲਾਕਾਰ ਹਰਵਿੰਦਰ ਔਜਲਾ ਰਣਦੀਪ ਪੰਗੋ ਇਹ ਜੇ ਸਾਡੇ ਥੋੜਾ ਸਾਡੇ ਇਲਾਕੇ ਦੇ ਦੋਸਤ ਮਿੱਤਰ ਜਿਹੜੇ ਨੇ ਅਮਨਦੀਪ ਮੰਗਟ ਮੇਜਰ ਸਿੰਘ ਮੰਗਟ ਇਹ ਜੇ ਲੋਕੜਾ ਜੁੜੇ ਹੋਏ ਨੇ ਉਹ ਸੰਸਥਾ ਦਾ ਇੱਕ ਮੇਨ ਕੰਮ ਹੈ ਕਿ ਇੱਕ ਅਸੀਂ ਵਿਦਿਅਕ ਅਦਾਰਾ ਚਲਾਉਂਦੇ ਆ ਉਹ ਅਦਾਰਾ ਇਹ ਕੰਮ ਕਰਦਾ ਹੈ ਕਿ ਜਿਹੜੇ ਬੱਚੇ ਸਾਨੂੰ ਲੱਗਦਾ ਹੈ ਕਿ ਬੱਚੇ ਪੜਨ ਵਾਲੇ ਨੇ ਇਹਨਾਂ ਨੂੰ ਪੜਾਉਣਾ ਚਾਹੀਦਾ ਹੈ ਪਰ ਇਹਨਾਂ ਦੇ ਮਾਪੇ ਇਹਨਾਂ ਨੂੰ ਭਰ ਨਹੀਂ ਸਕਦੇ ਸਾਡਾ ਐਜੂਕੇਸ਼ਨ ਸਿਸਟਮ ਇਨਾ ਮਹਿੰਗਾ ਹੋ ਗਿਆ ਉਹਨਾਂ ਨੂੰ ਅਸੀਂ ਫ੍ਰੀ ਆਫ ਕੋਸਟ ਪੜਾਉਨੇ ਆ ਜੀ ਤੇ ਉਸ ਤੋਂ ਇਲਾਵਾ ਕੋਈ ਬਲੱਡ ਡੇਸ਼ਨ ਕੈਂਪ ਲਾਉਣਾ ਹੋ ਗਿਆ ਅੱਜ ਮੈਂ ਹਰ ਪੀੜਤਾਂ ਦੀ ਕੋਈ ਮਦਦ ਕਰਨੀ ਇੱਥੇ ਅਸੀਂ ਗਏ ਉਹ ਥੋੜਾ ਬਹੁਤਾ ਜੋ ਕਠਾ ਕਰਕੇ ਉਹ ਦੇ ਸਕੇ ਇਹੋ ਜਿਹੇ ਜਿਹੜੇ ਕੰਮ ਨੇ ਜਾਂ ਇਸ ਤੋਂ ਇਲਾਵਾ ਹੋਰ ਅਵੇਅਰਨੈਸ ਦੇ ਕੈਂਪ ਜਿਵੇਂ ਕੈਂਸਰ ਅਵੇਅਰਨੈਸ ਦੇ ਕੈਂਪ ਅਸੀਂ ਹਰ ਸਾਲ ਲਾਉਨੇ ਆ ਜੀ ਉਹ ਪਿੰਡਾਂ ਜਾ ਕੇ ਉਹ ਕਰਦੇ ਆ ਤੇ ਉਹ ਚੇਤਨਾ ਕਲਾ ਮੰਚ ਨਾਂ ਦੀ ਸਾਡੀ ਸੰਸਥਾ ਚਮਕੌਰ ਸਾਹਿਬ ਜਿਹਦੇ ਰਾਹੀਂ ਸੀ ਪਿੰਡਾਂ ਲੋਕਾਂ ਨੂੰ ਮਾਂ ਬੋਲੀ ਪ੍ਰਤੀ ਜਾਗਰੂਕ ਕਰਦੇ ਆਂ ਲੋਕਾਂ ਨੂੰ ਐਜੂਕੇਸ਼ਨ ਕੀ ਹੋਣੀ ਚਾਹੀਦੀ ਸਹੀ ਐਜੂਕੇਸ਼ਨ ਕੀ ਹੈ ਉਹਦੇ ਪ੍ਰਤੀ ਜਾਗਰੂਕ ਕਰਦੇ ਆਂ ਤੁਹਾਡੀ ਸੇ ਤੁਹਾਡੇ ਰਾਈਟਸ ਕੀ ਨੇ ਬਹੁਤ ਸਾਰੇ ਲੋਕਾਂ ਨੂੰ ਪਤਾ ਹੀ ਨਹੀਂ ਕਿ ਅਸੀਂ ਕੀ ਰਾਈਟਸ ਨੇ ਅਤੇ ਕਿੱਥੇ ਕੀ ਰਾਈਟ ਲੈਣਾ ਸੋ ਉਹਦੇ ਬਾਰੇ ਜਾਗਰੂਕ ਕਰਦੇ ਆਂ ਉਹ ਕਲਾ ਰਾਈਆਂ ਅਸੀਂ ਨੁਕੜ ਨਾਟਕ ਕਰਾਈਆਂ ਨਾਟਕਾਂਆਂ ਜਾਗਰੂਕ ਕਰਦੇ ਆਂ ਸੋ ਐਦਾਂ ਦਾ ਕੰਮ ਹੈ ਇਸੇ ਤਰ੍ਹਾਂ ਇੱਕ ਸਾਡੀ ਹੋਰ ਭਰਾਤਰੀ ਸੰਸਥਾ ਹੈ ਉਪਕਾਰ ਸੁਸਾਇਟੀ ਹੈ ਉਹਦੇ ਨਾਲ ਮਿਲ ਕੇ ਅਸੀਂ ਇੱਕ ਬੱਸ ਜਿਹੜੀ ਸਾਡੇ ਏਰੀਆ ਤੋਂ ਜਾਂਦੀ ਹੈ ਪੀਜੀਆਈ ਦੇ ਵਿੱਚ ਜਿਹੜੀ ਫ੍ਰੀ ਮਰੀਜ਼ ਲੈ ਕੇ ਜਾਂਦੀ ਹੈ ਐ ਮੇਬੀਲਾ ਬ੍ਰਾਮਪੁਰ ਚਮਕੌਰ ਸਾਹਿਬ ਤੋਂ ਹੁੰਦੀ ਹੋਈ ਮਰੰਡੇ ਤੋਂ ਹੁੰਦੀ ਹੋਈ ਪੀਜੀਆਈ ਰੋਜ਼ ਜਾਂਦੀ ਹੈ ਤੇ ਉੱਥੋਂ ਵਾਪਸ ਮਰੀਜ਼ਾਂ ਲੈ ਕੇ ਆਉਂਦੀ ਫ੍ਰੀ ਆਫ ਕੋਸਟ ਸੋ ਇਹੋ ਜੇ ਕੰਮ ਅਸੀਂ ਕੁਝ ਕਰਦੇ ਹਾਂ ਕਿਉਂਕਿ ਅ ਪਹਿਲਾ ਕੰਮ ਸਾਡਾ ਜਿਹੜਾ ਜਿਹੜਾ ਅਸੀਂ ਥੀਏਟਰ ਕਰਦੇ ਰਿਆਂ ਜਿੱਥੇ ਸਾਡੀ ਸ਼ੁਰੂਆਤ ਹੋਈ ਹੈ ਉਹ ਥੀਏਟਰ ਵੀ ਜਿਹੜਾ ਹੈਗਾ ਸੀ ਨਾ ਉਹ ਮੈਂ ਸਮਝਦਾ ਇੱਕ ਜਾਗਰੂਕਤਾ ਦਾ ਥੀਏਟਰ ਸੀ ਜੀ ਮਾ ਸਾਡਾ ਕੰਮ ਲੋਕਾਂ ਨੂੰ ਸਿਰਫ ਹਸਾਉਣਾ ਨਹੀਂ ਸੀ ਜਾਂ ਲੋਕਾਂ ਦਾ ਮਨੋਰੰਜਨ ਕਰਨਾ ਨਹੀਂ ਸੀ ਕਿਉਂਕਿ ਅਸੀਂ ਕਿਸੇ ਇਸ਼ੂ ਨੂੰ ਲੈ ਕੇ ਨਾਟਕ ਕਰਦੇ ਕਿਸੇ ਇਸ਼ੂ 'ਚ ਨਾਟਕ ਕਰਦੇ ਸੀ ਸੋ ਇਸ ਕਰਕੇ ਪਹਿਲਾਂ ਤੋਂ ਇਹ ਜਜ਼ਬਾ ਸੀ ਵਿਚੰਦਰ ਜੀ ਜਾਂ ਥਮੇ ਆ ਆਪਣੀ ਜ਼ਿੰਦਗੀ 'ਚ ਆਮ ਇਸ ਤਰ੍ਹਾਂ ਹੀ ਵਿਚਰਾਂ ਮੰਡੀ ਮਕਣਗੇ ਰੇ ਚਲੇ ਗਏ ਜਾਂ ਜੀਰੀ ਨੂੰ ਪਾਣੀ ਲਾਰੇ ਜਾਂ ਆ ਕਿਤੇ ਵੀ ਜਾਣਾ ਆ ਬੰਦਿਆਂ ਵਾਂਗ ਰਹਿਣਾ ਸਾਰਾ ਕੁਝ ਤੁਹਾਰੇ ਦੋਸਤਾਂ ਨੇ ਜਿਵੇਂ ਬਾਤ ਕਰਦੇ ਇੱਕ ਵਾਰੀ ਆਪਾਂ ਵੀ ਸਲਾਹ ਦਈ ਵੀ ਤੁਹਾਨੂੰ ਸਟਾਰਾਂ ਵਾਲੀ ਇਸਕੇ ਵਿੱਚ ਰਹਿਣਾ ਚਾਹੀਦਾ ਵੀ ਆਮ ਬੰਦਿਆਂ ਗਲ ਬਹੁਤਾ ਦੇਖੋ ਇਹ ਸਾਡੇ ਸਮਾਜ ਦਾ ਮੰਨਜੀ ਜੀ ਬਤੀਰਾ ਇਹ ਹੈ ਕਿ ਸਾਡਾ ਸਮਾਜ ਸਾਨੂੰ ਇਸ ਲਾਈਨ ਨੂੰ ਜਾਂ ਕਿਸੇ ਬੰਦੇ ਨੂੰ ਵੀ ਜੇ ਕੋਈ ਬੰਦਾ ਆਫਸਰ ਹੈ ਅੱਜ ਜੇ ਕੋਈ ਬੰਦਾ ਆਫਸਰ ਹੋ ਕੇ ਕੋਈ ਬੰਦਾ ਖੇਤੀਬਾੜੀ ਕਰਦਾ ਹੈ ਲਾ ਕਹਿੰਦਾ ਯਾਰ ਦੱਸੇ ਬੰਦੇ ਨੂੰ ਬੜੀ ਤਮਾ ਹੈ ਖੇਤੀ ਹੈ ਕੋਈ ਬੰਦਾ ਆਫਸਰ ਹੈ ਉਹ ਸਾਈਕਲ ਚਲਾਉਣ ਲੱਗ ਜਾਏ ਉਹਨੂੰ ਡਾਕਟਰ ਨੇ ਦੱਸੂਗਾ ਤੂੰ ਹੈਲਥ ਠੀਕ ਰਹੂਗਾ ਸਾਈਕਲ ਚਲਾ ਉਹ ਕਹਿੰਦਾ ਕਿ ਬੜੇ ਪੈਸੇ ਜੋੜ ਲਾਗਾ ਤੇਲ ਹੀ ਫੂਕਦਾ 100 ਰੁਪਏ ਦਾ ਇਹ ਬੰਦਾ ਸਾਈਕਲ ਚਲਾਉਣ ਲੱਗ ਗਿਆ ਐਸ ਨਹਿਰ ਦੇ ਕੰਨੇ ਮੈਨੂੰ ਯਾਦ ਆ ਮੈਂ ਇੱਕ ਵਾਰ ਸੈਰ ਕਰ ਰਿਹਾ ਤੁਰਿਆ ਜਾਂਦਾ ਸੀ ਤੇ ਬੰਦਾ ਮੇਰੇ ਬਾਕਮ ਸੀ ਨਾਲ ਦੇ ਪਿੰਡ ਦਾ ਉਹਨੇ ਮੋਟਰਸਾਈਕਲ ਖੜਾਇਆ ਨਾਲ ਲਿਆ ਕੇ ਮੈਨੂੰ ਕਹਿੰਦਾ ਬਾਈ ਜੀ ਬੈਠੋ ਮਾ ਕੀ ਗੱਲ ਹੋ ਗਈ ਕਹਿੰਦਾ ਤੁਸੀਂ ਤੁਰਕੇ ਜਾਂਦੇ ਹੋ ਮੈਂ ਖੜੀ ਮੈਂ ਸੈਰ ਕਰਦਾ ਕਹਿੰਦਾ ਨਹੀਂ ਤੁਸੀਂ ਚੰਗੇ ਲੱਗਦੇ ਹੋ ਕਮਾਲ ਹੈ ਕੀ ਕਰੋਗੇ ਉਹਨੇ ਮੈਨੂੰ ਮੋਟਰਸਾਈਕਲ ਤੇ ਬਿਠਾਇਆ ਤੇ ਮੇਰੇ ਘਰ ਛੱਡ ਗਿਆ ਮੈਨੂੰ کیا بات ਮੈਂ ਇਹਨੂੰ ਸਮਝਾਵਾਂ ਮੈਂ ਤਾਂ ਸੈਰ ਕਰਦਾ ਯਾਰ ਸੋ ਲੋਕ ਤੁਹਾਨੂੰ ਐ ਲੱਗਦਾ ਕਿ ਇਹੇ ਬੰਦੇ ਕਿਸੇ ਹੋਰ ਦੁਨੀਆ ਦੇ ਲੋਕ ਹੈ ਤੇ ਇਹਨਾਂ ਨੂੰ ਐ ਰਹਿਣਾ ਚਾਹੀਦਾ ਮੈਨੂੰ ਯਾਦ ਹੈ ਇੱਕ ਵਾਰ ਕੁਲਵੀਰ ਸਿੰਘ ਸਿੱਧੂ ਜਦੋਂ 350 ਸਾਲਾ ਮਨਾਇਆ ਖਾਲਸੇ ਦਾ ਉਹ ਸਾਡੇ ਇਥੇ ਡੀਸੀ ਹੁੰਦੇ ਸੀ ਹਾਂ ਤੇ ਕਲਬੀਰ ਸਿੰਘ ਸਿੱਧੂ ਕਹਿੰਦਾ ਵੀ ਮੈਂ ਜਦੋਂ ਪਿੰਡ ਜਾਣਾ ਤੇ ਜਦੋਂ ਪਿੰਡ ਕਣਕਾਂ ਕੱਢਦੇ ਹੁੰਦੇ ਸੀ ਇਹ ਕਹਿੰਦਾ ਵੀ ਮੈਂ ਕਣਕਾਂ ਦੀਆਂ ਪੰਨਾਂ ਥੂੜੀ ਦੇ ਪੰਡ ਚੱਕ ਕੇ ਥੂੜੀ ਢੋਣੀ ਹੂੰ ਤੇ ਕਹਿੰਦਾ ਵੀ ਮੁੰਡੇ ਦੇਖਿਆ ਕਰਨ ਵੀ ਇਹ ਪੰਡਾ ਟੀਸੀ ਆ ਯਾਰ ਇਹ ਤੋਂ ਹੁੰਦਾ ਕਹਿੰਦਾ ਫੇਰ ਮੈਂ ਕੀ ਕੀਤਾ ਫੇਰ ਮੈਂ ਨਾ ਜਾਣ ਕੇ ਦੱਸਣਾ ਕਿ ਹਾਂ ਮੈਂ ਡੀਸੀ ਆ ਪੀਪਲ ਡੀਸੀ ਨੂੰ ਕਿੱਥੇ ਲਿਖੇ ਜੀ ਇਸੇ ਕੰਮ ਨਾ ਕਰੇ ਹੂੰ ਸੋ ਮੈਂ ਵੀ ਆ ਜਦੋਂ ਵੀ ਹੁਣ ਪਿੱਛੇ ਸਾਡੀ ਕਣਕ ਦੀ ਬਾਢੀ ਹੋਈ ਉਦੋਂ ਟਰੈਕਟਰ ਲੈ ਕੇ ਮੈਂ ਮੰਡੀ ਚ ਕੰਕ ਲੈ ਕੇ ਚਲਾ ਗਿਆ ਵੇਚਣ ਦੇ ਲਈ ਤੇ ਮੈਨੂੰ ਉੱਥੇ ਮੰਡੀ ਦਾ ਬੰਦਾ ਕਹਿੰਦਾ ਭਾਈ ਕੀ ਗੱਲ ਹੋ ਗਈ ਤੁਸੀਂ ਮੱਖਾ ਵੀ ਕੀ ਗੱਲ ਮੈਂ ਆ ਨਹੀਂ ਸਕਦਾ ਸੋ ਲੋਕਾਂ ਨੂੰ ਆ ਹੀ ਲੱਗਦਾ ਮੈਂ ਤਾਂ ਸਾਰੇ ਕੰਮ ਕਰਦਾ ਮੈਂ ਖੇਤੀਬਾੜੀ ਕਰਦਾ ਮੈਂ ਡੰਗਰ ਵੀ ਨੂੰ ਆਣਾ ਹੈ ਪਸ਼ੂਆਂ ਨੂੰ ਪੱਠੇ ਵੀ ਪਾ ਦਿੰਦਾ ਟਰੈਕਟਰ ਵੀ ਚਲਾਉਣਾ ਹੈ ਹੋਰ ਜਿਹੜੇ ਕੰਮ ਖੇਤੀਬਾੜੀ ਦੇ ਸਾਰੇ ਕੰਮ ਆਪ ਕਰਦੇ ਆ ਇਹ ਸ਼ੌਕ ਹੈ ਤੁਹਾਡਾ ਸਭ ਤੋਂ ਵੱਡੀ ਗੱਲ ਜਿਹੜੀ ਸਾਨੂੰ ਲੱਗਦੀ ਹੈ ਜਿਹੜੀਆਂ ਚੀਜ਼ਾਂ ਦਾ ਅਸੀਂ ਪ੍ਰਚਾਰ ਵੀ ਕਰਦੇ ਚਾਹੇ ਫਿਲਮਾਂ ਰਹੀਂ ਚਾਹੇ ਥੀਏਟਰ ਰਹੀਂ ਅੱਜ ਮੈਂ ਇਹਦੀ ਗੱਲ ਤੁਹਾਨੂੰ ਕਰਦਾ ਬੀ ਬਾਬੇ ਨਾਨਕ ਨੇ ਜਿਹੜੀ ਸਾਨੂੰ ਫਲਸਫੀ ਦਿੱਤੀ ਹੈ ਜੀ ਆਪਾਂ 550 ਸਾਲਾਂ ਬਾਅਦ ਬਾਬੇ ਨਾਨਕ ਦਾ ਪ੍ਰਕਾਸ਼ ਉਸ ਵᱜੇ ਆ ਰਿਹਾ ਹੈ ਜਿਹਦੇ ਵਿੱਚ ਲੋਕਾਂ ਨੂੰ ਤਿੰਨ ਗੱਲਾਂ ਲੋਕ ਕਹਿੰਦੇ ਹਰੇਕ ਬੰਦੇ ਨੇ ਬਾਬੇ ਨਾਨਕ ਨੇ ਕਿਹਾ ਹੈ ਵੀ ਕਿਰਤ ਕਰੋ ਨਾਮ ਜਪੋ ਵੰਡ ਛਕੋ ਹੈ ਨਹੀਂ ਪਰ ਬਾਬੇ ਨਾਨਕ ਦੀ ਇਹ ਫਲਸਫੀ ਦੇ ਵਿੱਚ ਕਿਰਤ ਕਰਨਾ ਪਹਿਲਾ ਪਹਿਲੀ ਗੱਲ ਹੈ ਅੱਜ ਜਿੰਨੇ ਸਾਡੇ ਸੋ ਕਾਲਡ ਪ੍ਰਚਾਰਕ ਨੇ ਬਾਬੇ ਢੋਲ ਕਿਸਾਨੇ ਚੱਕੀ ਫਿਰਦੇ ਆ ਉਹਨਾਂ ਨੇ ਕਿਰਤ ਦਾ ਕਨਸੈਪਟ ਹੀ ਖੜਤਾ ਇਸੇ ਕਰਕੇ ਤੁਸੀਂ ਦੇਖੋ ਸਾਡੀ ਜਨਰੇਸ਼ਨ ਮੁੰਡੇ ਕੁੜੀਆਂ ਸਾਡੇ ਕੰਮ ਕਰਨ ਤੋਂ ਕੁਤਰਾਉਣ ਲੱਗੇ ਕੁੜੀਆਂ ਵੀ ਐ ਉਹ ਵੀ ਮੰਮੀ ਨੂੰ ਕਹਿੰਣਗੇ ਮੰਮੀ ਰੋਟੀ ਪਕਾ ਕੇ ਦੋ ਬਿਲਕੁਲ ਬੀਬੀ ਰੋਟੀ ਪਕਾ ਕੇ ਦੋ ਸਾਨੂੰ ਬੀਬੀ ਤਾਂ ਚੁੱਪੋਚਾ ਲਾ ਦੇ ਬੀਬੀ ਜਿੰਨੀ ਮਰਜ਼ੀ ਬਿਮਾਰ ਹੋਵੇ ਇਸੇ ਤਰ੍ਹਾਂ ਮੁੰਡਿਆਂ ਦੀ ਗੱਲ ਬਾਪੂ ਪੱਠੇ ਭੜਨ ਲਈ ਮੈਂ ਤਿਆਰ ਹੋ ਕੇ ਮਾੜੇ ਵਿਚਾਰ ਚੱਲੇ ਆ ਰਿਸ਼ਤੇ ਆੜੇ ਚ ਮੈਂ ਜਾਇਆ ਉਹਨਾਂ ਵਿਆਹ ਤੂੰ ਪਿੱਛੇ ਕੰਮ ਕਰ ਲੈ ਸੋ ਕਿਰਤ ਦਾ ਕਨਸੈਪਟ ਸਾਡੇ ਕੋਲੋਂ ਚਲਾ ਗਿਆ ਸੋ ਇਹ ਸਾਡੇ ਜਿਹੜੇ ਪ੍ਰਚਾਰ ਕਰਨ ਦੇ ਮਾਧਿਅਮ ਨੇ ਚਾਹੇ ਟੈਲੀਵਿਜ਼ਨਾਂ ਚਾਹੇ ਫਿਲਮਾਂ ਉਹਦੇ ਵਿੱਚ ਕਿਰਤ ਨੂੰ ਸਾਨੂੰ ਥੋ ਕਿ ਕਿਰਤ ਵੱਡੀ ਗੱਲ ਹੈ ਕਿ ਕਿਰਤ ਕਿਵੇਂ ਕਰਨੀ ਚਾਹੀਦੀ ਹੈ ਕਿਰਤ ਦਾ ਬਹੁਤ ਬੜਾ ਮਹੱਤਵ ਹੈ ਸਾਰੀਆਂ ਗੱਲਾਂ ਤੋਂ ਬਾਅਦ ਆਉਂਦੀਆਂ ਨੇ ਦੋਸਤੋ ਜਿਸ ਤਰ੍ਹਾਂ ਭਾਈ ਜੀ ਨੇ ਕਿਹਾ ਵੀ ਆਪਣੇ ਮੈਸਾਂ ਨਵਿੰਨ ਲਾ ਮਾਰ ਘਰਾਂ ਸਾਰੇ ਕੰਮ ਕਰ ਰਹੇ ਆਂ ਅਰ ਇਹਨਾਂ ਦਾ ਘਰ ਜਿਹੜਾ ਦੇਸੀ ਹੈ ਜਮਾਈ ਪੁਰਾਣਾ ਬਿਲਕੁਲ ਉਸ ਤਰ੍ਹਾਂ ਹੀ ਬਣਿਆ ਹੋਇਆ 40 50 ਸਭ ਤੋਂ ਵੱਡੀ ਬਾਤ ਹੈ ਵੀ ਏਸ ਹੀ ਨਹੀਂ ਹੈ ਕਰਮ ਅਰ ਇਹਨਾਂ ਦੇ ਘਰ ਆ ਇੱਕ ਮੈਂ ਹੋਰ ਚੀਜ਼ ਦੇਖੀ ਬਹੁਤ ਕਮਾਲ ਕਿਤਾਬਾਂ ਹੀ ਕਿਤਾਬਾਂ ਕਿਤਾਬਾਂ ਹੀ ਕਿਤਾਬਾਂ ਭਾਈ ਜੀ ਕਿਤਾਬਾਂ ਐਕਟਰ ਬੰਦਿਆਂ ਕਿਤਾਬਾਂ ਗੱਲ ਮੇਰੇ ਖਿਆਲ ਬਹੁਤ ਲੇਣੇ ਦੇਣੇ ਕਿਤਾਬਾਂ ਗੱਲ ਕਰਦੇ ਚੋ ਇਹ ਹੀ ਮਨਜੀਤ ਸਿੰਘ ਜੀ ਤੁਹਾਡੀ ਜਿਹੜੀ ਉਮਰ ਹੈ ਤੁਸੀਂ ਕਿੰਨੇ ਐਕਟਰਾਂ ਨੂੰ ਜਾਣਦੇ ਮੈਨੂੰ ਪਹਿਲਾਂ ਦੱਸੋ ਤੁਸੀਂ ਜਾਣਦੇ ਨਵੇਂ ਐਕਟਰਾਂ ਨੂੰ ਜਿਹੜੇ ਅੱਜ ਐਕਟਰ ਨੇ ਜਿਹੜੇ ਬੰਦੇ ਪਹਿਲਾਂ ਸੀ ਹੁਣ ਸਾਡੀਆਂ ਫਿਲਮਾਂ ਦੀ ਪ੍ਰੋਬਲਮ ਵੀ ਇਹੀ ਹੈ ਸਾਡੀ ਟੈਲੀਵਿਜ਼ਨ ਫਿਲਮ ਸੀਰੀਅਲ ਜਿਹੜੇ ਬੰਦੇ ਪਹਿਲਾਂ ਬਣਾਉਂਦੇ ਸੀ ਜਿਵੇਂ ਗੁਲਜਾਰ ਸਾਹਿਬ ਆਪਾਂ ਨਾਂ ਲਈਏ ਜੀ ਰਜਿੰਦਰ ਸਿੰਘ 베ਦੀ ਉਹਨਾਂ ਦਾ ਨਾਂ ਲਈਏ ਇਹ ਸਾਰੇ ਸਾਹਿਤ ਨਾਲ ਜੁੜੇ ਹੋਏ ਬੰਦੇ ਸੀ ਕਿਤਾਬਾਂ ਪੜ੍ਹਦੇ ਸੀ ਲਿਖਦੇ ਵੀ ਸੀ ਸਾਹਿਤ ਤੁਹਾਨੂੰ ਇੱਕ ਨਵਾਂ ਮੈਂ ਤੁਹਾਡੇ ਕਬਾਰ ਖੋਲਦਾ ਦਿਮਾਗ ਦੇ ਜਿਹੜੀ ਗੱਲ ਐਕਟਰ ਦੀ ਆਪਾਂ ਕਰਦੇ ਆਂ ਮੈਂ ਜਿੰਨੇ ਵੀ ਪੁਰਾਣੇ ਐਕਟਰ ਨਾਲ ਕੰਮ ਕਰਦਾ ਮੈਂ ਦੇਖਿਆ ਉਹਨਾਂ ਦੇ ਹਰ ਟਾਈਮ ਉਹਨਾਂ ਦੇ ਪਰਸ ਦੇ ਵਿੱਚ ਲੇਡੀਜ਼ ਦੇ ਵੀ ਬੰਦਿਆਂ ਕੋਲ ਵੀ ਬੈਗ ਦੇ ਵਿੱਚ ਹਰ ਟਾਈਮ ਕਿਤਾਬ ਹੁੰਦੀ ਉਹ ਟਾਈਮ ਲਾ ਕਿਤਾਬ ਪੜ੍ਹਦੇ ਨੇ ਐਕਟਰ ਇਮੇਜਿਨੇਸ਼ਨ ਐਕਟਰ ਕੋਲ ਇੱਕ ਐਕਟਰ ਅਮੈਜ਼ਨ ਕਰਦਾ ਹੈ ਕਿ ਜਿਹੜਾ ਮੈਂ ਫਰਾਣਾ ਕਰੈਕਟਰ ਮੈਂ ਮੱਗਰ ਸਿੰਘ ਦਾ ਕਰੈਕਟਰ ਕਰ ਰਿਹਾ ਕਿ ਉਹ ਮੱਗਰ ਸਿੰਘ ਇਹੋ ਜਿਹਾ ਬੰਦਾ ਹੈ ਉਹਦੇ ਬੜੇ-ਬੜੇ ਪੈਰ ਨੇ ਜੀ ਉਹਦੇ ਥੋੜਾ ਦਾੜੀ ਵੀ ਖਿੰਡੀ ਹੋਈ ਆ ਪੱਗ ਵੀ ਢਹੀ ਜਿਹੀ ਬੰਨੀ ਹੋਈ ਆ ਉਹ ਇਮੇਜਿਨੇਸ਼ਨ ਤੁਹਾਨੂੰ ਕੀ ਦਿੰਦਾ ਕਿਤਾਬਾਂ ਦਿੰਦੀਆਂ ਨੇ ਤੁਹਾਨੂੰ ਕਹਾਣੀ ਦਿੰ ਸੋ ਇਸ ਕਰਕੇ ਐਕਟਰ ਦਾ ਪੜ੍ਹਨਾ ਤਾਂ ਹਰੇਕ ਲਈ ਜ਼ਰੂਰੀ ਹੈ। ਹਮ ਐਕਟਰ ਦਾ ਪੜ੍ਹਨਾ ਹੋਰ ਵੀ ਜ਼ਰੂਰੀ ਹੈ। ਮੈਂ ਹਰ ਜਗ੍ਹਾ ਕਹਿੰਦਾ ਹੁੰਦਾ ਕਿ ਸਾਡੇ ਵਿਦਵਾਨਾਂ ਨੇ ਕਿਤਾਬਾਂ ਦੇ ਵਿੱਚ ਜੋ ਗਿਆਨ ਲਿਖ ਦਿੱਤਾ ਸਾਡੀ ਜਨਰੇਸ਼ਨ ਕੋਲ ਲਾਇਬ੍ਰੇਰੀ ਨਾਲ ਕੋਈ ਜਾਣਦਾ ਸਮਾਂ ਨਹੀਂ ਹੈ ਸਾਡੇ ਕੋਲ ਮੋਬਾਈਲਾਂ ਦਾ ਟਾਈਮ ਰਹਿ ਗਿਆ ਟੀਵੀ ਦਾ ਟਾਈਮ ਰਹਿ ਗਿਆ। ਫਿਰ ਸਾਡਾ ਫਰਜ਼ ਬਣਦਾ ਜਿਹੜੇ ਅਸੀਂ ਇਸ ਲਾਈਨ ਨਾਲ ਜੁੜੇ ਹੋਏ ਹਾਂ ਕਿ ਅਸੀਂ ਕਿਤਾਬਾਂ ਦੇ ਗਿਆਨ ਨੂੰ ਟੈਲੀਵਿਜ਼ਨ ਰਾਹੀਂ ਫਿਲਮਾਂ ਦੇ ਰਾਹੀਂ ਅਗਲੀ ਜਨਰੇਸ਼ਨ ਤੱਕ ਪਹੁੰਚਾਈਏ ਲੈ ਕੇ ਜਾਈਏ ਬਰਾਸਾਨੀ ਨੇ ਜਿਸ ਤਰ੍ਹਾਂ ਕਿਤਾਬਾਂ ਲਿਖੀਆਂ ਆਪਣੇ ਸਿਨੇਮਾ ਦੇ ਬਾਰੇ ਵਿੱਚ ਲਿਖੀਆਂ ਅੱਛਾ ਪੰਜਾਬੀ ਸਿਨੇਮਾ ਦੇ ਵਿੱਚ ਤਾਂ ਮੜੀ ਦਾ ਦੀਵਾ ਪਰ ਫਿਲਮ ਬਣੀ ਜਾਂ ਨੇ ਕੋੜੇਦਾਨ ਹੈ ਜਾਂ ਆਪਣੇ ਪਵਿੱਤਰ ਪਾਪੀ ਬਹੁਤ ਘੱਟ ਫਿਲਮਾਂ ਸਾਹਿਤ ਪਰ ਬਣੀਆਂ ਨਹੀਂ ਹੁਣ ਵੀ ਬਣਦੀ ਮੈਂ ਉਹੀ ਗੱਲ ਕਰ ਦਣਾ ਇੱਕ ਵਾਰ ਸਾਡਾ ਸੈਮੀਨਾਰ ਹੋਇਆ ਚੰਡੀਗੜ੍ਹ ਦੇ ਵਿੱਚ ਤੇ ਸਾਡਾ ਲੋਕਾਂ ਨੇ ਕਿਹਾ ਕਿ ਤੁਸੀਂ ਇੱਕੋ ਵਿਸ਼ੇ ਤੇ ਫਿਲਮ ਬਣਾਉਣ ਲੱਗ ਕਮੇਡੀ ਵਿਸ਼ੇ ਤੇ ਫਿਲਮ ਬਣਦੇ ਸੀ ਉਦੋਂ ਤਾਂ ਸਾਡੇ ਇੱਕ ਡਾਇਰੈਕਟਰ ਸਾਹਿਬ ਨੇ ਨਵੇਂ ਜਮਾਨੇ ਤੋਂ ਉੱਠ ਕੇ ਕਹਿੰਦੇ ਵੀ ਪ੍ਰੋਬਲਮ ਸਾਡੀ ਨਹੀਂ ਜੀ ਮੈਂ ਖੜੇ ਹੋ ਕੇ ਕਹਾਂ ਮਖਾਂ ਜੀ ਇਹ ਤਾਂ ਲੱਖ ਲਾਣਤਾ ਜੇ ਪੰਜਾਬੀ ਬੰਦੇ ਹੋ ਕੇ ਅਸੀਂ ਇਹ ਗੱਲ ਕਹੇ ਸਾਡੇ ਕੋਲ ਸਕ੍ਰਿਪਟਾਂ ਨਹੀਂ ਸਾਡੇ ਕੋਲ ਕਹਾਣੀਆਂ ਨਹੀਂ ਹੈ ਵੀ ਪੰਜਾਬ ਇੱਕ ਐਸਾ ਖਿੱਤਾ ਹੈ ਹੁਣ ਦੇਖੋ ਹਰਿਆਣਾ ਕੋਲ ਆਪਣਾ ਕੋਈ ਕਲਚਰ ਨਹੀਂ ਹੈ ਪੰਜਾਬੀ ਇੱਕ ਐਸੀ ਜ਼ੁਬਾਨ ਹੈ ਪੰਜਾਬੀ ਇੱਕ ਐਸਾ ਖਿੱਤਾ ਹੈ ਪੰਜਾਬੀ ਇੱਕ ਐਸੀ ਸਟੇਟ ਹੈ ਜੇ ਆਪਾਂ ਗੱਲ ਕਰੀਏ ਇਹਨਾਂ ਕੋਲ ਵਾਰੀਅਰ ਸਾਡੇ ਕੋਲ ਬੇਅੰਤ ਵਾਰੀਅਰ ਜਿਹਦੇ ਮਰਜ਼ੀ ਫਿਲਮ ਬਣਾ ਲਓ ਜੇ ਆਪਾਂ ਤਿਆਗ ਦੀ ਗੱਲ ਕਰੀਏ ਸਾਡੀ ਇਸ ਬੋਲੀ ਦੇ ਵਿੱਚ ਕਿੰਨੇ ਸਾਰੇ ਲੋਕ ਵਾਰੀਅਰ ਲੋਕ ਤਿਆਗੀ ਲੋਕ ਹੋਏ ਨੇ ਜਿਨ੍ਹਾਂ ਨੇ ਤਿਆਗ ਕੀਤਾ ਜ਼ਿੰਦਗੀ ਦਾ ਸੁੱਖ ਆਰਾਮ ਤਿਆਗ ਕੇ ਲੋਕਾਂ ਨੇ ਜ਼ਿੰਦਗੀ ਬਸਰ ਕੀਤੀ ਜੇ ਆਪਾਂ ਗੱਲ ਕਰੀਏ ਰੋਮਾਂਸ ਦੀ ਗੱਲ ਕਰੀਏ ਪਿਆਰ ਦੀ ਵੀ ਗੱਲ ਕਰੀਏ ਤਾਂ ਜਿੰਨੇ ਕਿਸੇ ਨੇ ਮਿਰਜ਼ਾ ਸਾਹਿਬਾ ਸਾਰੇ ਹੀਰਾਂ ਦੇ ਸਭ ਕਿਸੇ ਲੈ ਕੇ ਸਭ ਪੰਜਾਬੀ ਦੇ ਕਿਸੇ ਨੇ ਤੁਸੀਂ ਹੋਰ ਵੀ ਕਿਸੇ ਸਬਜੈਕਟ ਨੂੰ ਚੱਕੋ ਪੰਜਾਬੀਆਂ ਦੀ ਤਾਂ ਹਰ ਘਰ ਚ ਵੜ ਜਾਓ ਹਰ ਘਰ ਚ 15 ਕਹਾਣੀਆਂ ਪਈਆਂ ਕਿਸੇ ਬੰਦੇ ਨਾਲ ਗੱਲ ਕਰੋ ਉਹ ਤੁਹਾਨੂੰ ਕਹੋਗੇ ਬਾਈ ਜੀ ਮੈਂ ਤੁਹਾਨੂੰ ਗੱਲ ਸੁਣਾਉਣਾ ਸਾਡੇ ਪਿੰਡ ਇੱਕ ਵਰਾਇਆ ਹੋ ਗਿਆ ਉਹ ਕਹਿੰਦਾ ਤੂੰ ਲੈ ਤੂੰ ਆਪਣੀ ਖੜ ਮੇਰੀ ਸੁਣਾ ਮੈਂ ਪਰਸੋਂ ਗਿਆ ਉੱਥੇ ਆ ਕੇ ਲੋਗੀ ਹਮ ਬਸ ਹਰ ਬੰਦੇ ਕੋਲ 25 ਕਹਾਣੀਆਂ ਲਈ ਫਿਰਦਾਰ ਬੰਦਾ ਮੈਂ ਹੁਣ ਪਿੰਡ ਚ ਰਹਿਣਾ ਮੇਰੇ ਪਿੰਡ ਚ ਅਲੱਗ-ਅਲੱਗ ਕੈਰੇਕਟਰ ਨੇ ਜੇ ਮੈਂ ਦੇਖਦਾ ਲੋਕਾਂ ਬਾਰੇ ਕਿਉਂਕਿ ਮੈਂ ਹੁਣ ਜਦ ਸਲੈਨ ਚ ਆਇਆ ਜਾਂ ਬੰਦੇ ਦਾ ਕੈਰੇਕਟਰ ਬੜਾ ਕਮਾਲ ਦਾ ਹੈ ਇਹ ਕਿਸੇ ਫਿਲਮ ਚ ਬਣਤਿਆ ਜਾ ਸਕਦਾ ਹੈ ਇਹ ਕਿਤੇ ਕੀਤਾ ਜਾ ਇਸ ਕੈਰੇਕਟਰ ਨੂੰ ਪਰਦੇ ਤੇ ਪੇਸ਼ ਕਰਨ ਦੀ ਕੋਸ਼ਿਸ਼ ਕਰਾਂਗੇ ਸੋ ਇਹ ਗੱਲ ਹੈ ਕਿ ਸਾਡੇ ਕੋਲ ਬਹੁਤ ਸਾਰੇ ਕਹਾਣੀਆਂ ਹੁਣ ਨਵੇਂ ਕੁਝ ਲੋਕਾਂ ਦੇ ਜਿਹੜੀ ਤੁਸੀਂ ਗੱਲ ਕੀਤੀ ਹੈ ਕਿ ਘਟਪਲਾਂ ਬਣਦੀਆਂ ਨੇ ਉਹ ਘਟਪਲੇ ਇਸ ਕਰਕੇ ਬਣਦੇ ਨੇ ਕਿ ਸਾਡੇ ਮੇਕਰ ਜਿਹੜੇ ਨਾ ਉਹ ਆਪ ਸਹਿਤ ਨਾਲ ਜੁੜੇ ਉਹਨਾਂ ਨੂੰ ਪਤਾ ਹੀ ਨਹੀਂ ਹੈ ਮੈਂ ਅੱਜ ਸਾਰੇ ਮੇਕਰਾਂ ਦੀ ਗੱਲਿੰਗ ਕਰਦਾ ਬਹੁਤ ਗਿਣਤ ਲੋਕਾਂ ਦੀ ਗੱਲ ਕਰਦਾ ਮੈਂ ਅੱਜ ਕਿਸੇ ਨਵੇਂ ਮੇਕਰ ਨੂੰ ਜਿਹੜਾ ਸਹਿਤ ਨਾਲ ਨਹੀਂ ਜੁੜਿਆ ਹੋਇਆ ਉਹਨੂੰ ਰਾਮ ਸਰੂਪਨਕੀ ਦੀ ਕਹਾਣੀ ਬ੍ਰਿਯਾਮ ਸੰਧੂ ਦੀ ਕਹਾਣੀ ਕਿਸੇ ਵੀ ਮਸ਼ਹੂਰ ਰਾਈਟਰ ਦੀ ਕਹਾਣੀ ਅਜੀਤ ਕੌਰ ਦੀ ਤੇ ਵੀ ਪਟ ਪਾਣ ਦੀ ਕਹਾਣੀ ਔਰ ਕਿਤਾਬ ਚੋਂ ਸਾਰਨਾਮਾ ਵੀ ਲੋਜ ਮੇਰੇ ਕੋਲ ਸਟੋਰੀ ਆਉਂਗੇ ਠੀਕ ਆ ਅੱਜ ਫਿਰ ਬਣਾਉਣੇ ਜਿਹਨਾਂ ਨੂੰ ਕਹ ਦੋ ਕਿ ਆਪਾਂ ਵਿਰਿਆਮ ਸੰਧੂ ਦੀ ਕਹਾਣੀ ਦੀ ਫਿਲਮ ਬਣਾਉਣੇ ਆ ਉਹ ਨਹੀਂ ਭਾਜੀ ਉਹ ਤਾਂ ਪੁਰਾਣਾ ਕੰਮ ਹੈ ਤੁਸੀਂ ਕੋਈ ਨਵੀਂ ਗੱਲ ਲੈ ਕੇ ਆਓ ਸੋ ਇਹ ਹੈ ਅਸੀਂ ਸਾਹਿਤ ਦੇ ਉੱਤੇ ਫਿਲਮ ਤਾਂ ਬਣਾਵਾਂਗੇ ਜੇ ਸਾਨੂੰ ਸਾਹਿਤ ਬਾਰੇ ਪਤਾ ਹੋਊਗਾ ਸਾਨੂੰ ਗਿਆਨ ਹੋਊਗਾ ਹੁਣ ਅੱਧ ਚੰਨੀ ਦੀ ਰਾਤ ਤੇ ਬਣ ਰਹੀ ਹੈ ਫਿਲਮ ਇੱਕ ਨਾ ਉਹ ਵੀ ਬਹੁਤ ਰੌਲਾ ਪਵਾ ਲੋਕ ਤਾਂ ਕਹਾਂ ਵੀ ਵਧੀਆ ਸਿਨੇਮਾ ਨਹੀਂ ਬਣਾਇਆ ਜਾ ਰਿਹਾ ਸਿਨੇਮਾ ਦਿਖਾਇਆ ਨਹੀਂ ਜਾ ਰਿਹਾ ਬਣਾਉਣੇ ਵਾਲੇ ਕਹਾਂ ਵੀ ਲੋਕ ਦੇਖਣ ਨਹੀਂ ਜਾਂਦੇ ਜੇ ਕੋਈ ਵਧੀਆ ਫਿਲਮ ਬਣਾ ਤਾਂ ਉਸ ਦੇ ਵਿੱਚ ਸਿਨੇਮੇਕ ਜ ਬੰਦੇ ਨਹੀਂ ਹੁੰਦੇ ਤੇ ਬੰਦਾ ਘਾਟਾ ਖਾ ਜਾ ਦੁਬਾਰਾ ਕਿੱਥੇ ਫਿਲਮ ਬਣੇਗੀ ਇਹ بڑا ਰੋਲਾ ਦੋਏ ਪਾਸੇ ਇਹ ਰੋਲੇ ਦਾ ਇੱਕ ਕਾਰਨ ਦੇਖੋ ਹੈਗਾ ਬਹੁਤ ਦੇਖੋ ਚੰਗੀਆਂ ਫਿਲਮਾਂ ਬਹੁਤ ਬਣਦੀਆਂ ਨੇ ਤੇ ਚੰਗੀਆਂ ਫਿਲਮਾਂ ਨੂੰ ਉਹਨਾ ਚੰਗਾ ਹੁੰਗਾਰਾ ਨਹੀਂ ਮਿਲਦਾ ਇਹ ਗੱਲ ਬਿਲਕੁਲ ਸਹੀ ਹੈ ਇੱਕੋ ਦਾ ਕਾਰਨ ਮੈਂ ਕਿਤੇ ਕਿਤੇ ਇਹ ਵੀ ਮੰਨਦਾ ਕਿ ਹੁੰਦਾ ਕੀ ਹੈ ਕਿ ਕਈ ਵਾਰ ਜਿਹੜਾ ਚੰਗਾ ਪ੍ਰੋਡਕਟ ਬਣ ਜਾਂਦਾ ਚੰਗੀ ਫਿਲਮ ਬਣਨ ਤੋਂ ਬਾਅਦ ਸਾਡੇ ਕੋਲ ਉਹਦਾ ਪ੍ਰਚਾਰ ਉਹ ਆ ਜਾ ਨਹੀਂ ਹੁੰਦਾ ਤਾਂ ਕਿ ਲੋਕਾਂ ਤੱਕ ਪਹੁੰਚ ਸਕੇ ਹੁਣ ਜਿਵੇਂ ਪੰਜਾਬ ਦੇ ਵਿੱਚ ਪਹਿਲਾ ਸਾਡਾ ਫੌਜੀ ਜੋਗਿੰਦਰ ਸਿੰਘ ਜੀ ਨੂੰ ਪਰਮਵੀਰ ਚੱਕਰ ਮਿਲਿਆ ਜੀ ਉਹਦੇ ਉੱਤੇ ਫਿਲਮ ਬਣੀ ਬੜੇ ਵੱਡੇ ਦੀ ਫਿਲਮ ਸੀ ਉਹ ਹੁਣ ਅਸੀਂ ਫਿਲਮ ਬਣਾਉਣ ਵਾਲੇ ਬੰਦੇ ਸੀ ਜਿਹੜੇ ਅਸੀਂ ਲੋਕਾਂ ਨੂੰ ਦੱਸ ਨਹੀਂ ਸਕੇ ਕਿ ਜੋਗਿੰਦਰ ਸਿੰਘ ਹੈ ਕੌਣ ਸੀ ਲੋਕਾਂ ਨੂੰ ਇਹ ਲੱਗਿਆ ਵੀ ਹਾਂ ਕੋਈ ਫੌਜੀ ਆ ਜੀ ਕੋਈ ਫੌਜੀ ਦੀ ਫਿਲਮ ਬਣੀ ਹੈ ਪਰ ਉਹ ਪਹਿਲਾ ਬੰਦਾ ਸੀ ਜੋਗਿੰਦਰ ਸਿੰਘ ਜਿਹਨੂੰ ਪਰਮਵੀਰ ਪਰਮਵੀਰ ਚੱਕਰ ਮਿਲਿਆ ਸੀ ਸੋ ਸਾਨੂੰ ਲੋਕਾਂ ਦੇ ਵਿੱਚ ਇਹ ਪ੍ਰਚਾਰਿਆ ਜਾਣਾ ਚਾਹੀਦਾ ਸੀ ਵੀ ਜਗਿੰਦਰ ਸਿੰਘ ਕੌਣ ਸੀ ਸੋ ਇਸ ਤਰ੍ਹਾਂ ਗੱਲ ਹੈ ਕਰਨਾਲੀ ਦੇ ਕੋਲ ਦਾ ਮੁੰਡਾ ਇੱਕ ਗਰੀਬ ਘਰ ਚੋਂ ਉੱਠ ਕੇ ਹਰਜੀਤਾ ਆਖੀ ਜਿਹੜਾ ਜਿਹਨੇ ਵਰਲਡ ਕੱਪ ਖੇਡੇ ਆ ਜੂਨੀਅਰ ਬਾਡੀ ਕੱਪ ਜਿੱਤਿਆ ਜੀ ਨੇ ਖੇਡੇ ਨੇ ਵਰਲਡ ਕੱਪ ਜਿੱਤਿਆ ਬੰਦੇ ਨੇ ਉਹਦੇ ਉੱਤੇ ਫਿਲਮ ਬਣੀ ਬਣੀ ਹਰਜੀਤਾ ਲੋਕਾਂ ਨੂੰ ਲੱਗੀ ਹਰਜੀਤਾ ਫਿਲਮ ਕੀ ਹੋਈ ਕੀ ਹੋਈ ਤਾਂ ਫਿਰ ਉਹ ਫਿਲਮ ਐਡੀ ਕਮਾਲ ਦੀ ਫਿਲਮ ਸੀ ਮਤਲਬ ਦੂਜੀ ਜ਼ੁਬਾਨ ਵਾਲੇ ਬੰਦੇ ਹਿੰਦੀ ਜ਼ੁਬਾਨ ਵਾਲੇ ਬੰਦੇ ਹਿੰਦੀ ਸਿਨੇਮਾ ਵਾਲੇ ਬੰਦੇ ਕਹਿੰਦੇ ਪੰਜਾਬੀ ਵਿੱਚ ਐਸੀ ਫਿਲਮ ਬਣ ਗਈ ਉਸ ਨੂੰ ਨੈਸ਼ਨਲ ਅਵਾਰਡ ਮਿਲਿਆ ਹੁਣ ਇਸ ਸਾਲ ਦਾ ਪਰ ਬਹੁਤ ਘੱਟ ਬੰਦੇ ਦੇਖਣ ਗਏ ਦੇਖ ਮੈਂ ਉਹੀ ਗੱਲ ਕਰਦਾ ਕਿਉਂਕਿ ਉਹ ਇਹ ਫਿਲਮਾਂ ਪ੍ਰਚਾਰੀਆਂ ਘਟ ਗਈਆਂ ਇੱਕ ਇਹਦਾ ਵੀ ਕਾਰਨ ਹੈ ਹੁਣ ਜਿਹੜੇ ਲੋਕਾਂ ਨੇ ਜਿਹੜੇ ਲੋਕ ਇਹ ਗੱਲ ਕਹਿੰਦੇ ਨੇ ਵੀ ਫਿਲਮਾਂ ਚੰਗੀਆਂ ਨਹੀਂ ਬਣਦੀਆਂ ਜੀ ਉਹ ਫਿਲਮ ਦੇਖਣ ਨਹੀਂ ਜਾਂਦੇ ਉਹ ਦੇਖਣ ਤਾਂ ਜਾਣ ਫਿਰ ਮੈਂ ਪਹਿਲਾਂ ਵੀ ਤੁਹਾਨੂੰ ਜ਼ਿਕਰ ਕੀਤਾ ਕਿ ਸਾਡੀ ਫਿਲਮ ਅਰਦਾਸ ਕਨਾ ਆਈ ਉਹਨਾਂ ਜਗ੍ਹਾ ਕਈ ਵਾਰੀ ਸਿਨੇਮੇ ਵਿੱਚ ਵੇਚਣ ਗਏ ਬਹੁਤ ਸਾਰੇ ਬਜ਼ੁਰਗਾਂ ਨੇ ਸਾਨੂੰ ਇਹ ਦੱਸਿਆ ਕਿ ਲੈ ਵੀ ਸ਼ੇਰਾ ਅੱਜ ਫਿਲਮ ਦੇਖੀ ਹੈ ਇਹ ਤੋਂ ਪਹਿਲਾਂ ਫਿਲਮ ਦੇਖੀ ਸੀ ਨਾਨਕ ਨਾਮ ਜਹਾਜ਼ ਹੈ ਕੀ ਬਾਤ ਐਨੇ ਸਾਲਾਂ ਬਾਅਦ ਉਹ ਵੀ ਤਾਂ ਦੇਖੀ ਹੈ ਕਿਉਂਕਿ ਸਾਰਾ ਟੱਬਰ ਫਿਲਮ ਦੇਖਣ ਜਾ ਰਿਹਾ ਸੀ ਉਹਨਾਂ ਨੂੰ ਲੱਗੇ ਬਜ਼ੁਰਗਾਂ ਨੂੰ ਘਰ ਇਕੱਲੇ ਕਿਵੇਂ ਛੱਡ ਕੇ ਜਾਈਏ ਫਿਰ ਦੇਖਣ ਚਲੇ ਗਏ ਬਜ਼ੁਰਗ ਕਹਿੰਦੇ ਯਾਰ ਫਿਲਮ ਤਾਂ ਚੰਗੀ ਹੈ ਇਹ ਇਸੇ ਤਰ੍ਹਾਂ ਭਗਤ ਪੂਰਨ ਸਿੰਘ ਤੇ ਫਿਲਮ ਬਣੀ ਅਜੀਤ ਭਾਜੀ ਉਹਨਾਂ ਨੇ ਭਗਤ ਪੂਰਨ ਸਿੰਘ ਤੇ ਫਿਲਮ ਬਣਾਈ ਮਦਲ ਭਗਤਪੁਰਨ ਸਿੰਘ ਵੀ ਸਾਡੇ ਪੰਜਾਬ ਦਾ ਸਾਡੀ ਜ਼ੁਬਾਨ ਦਾ ਇੱਕ ਲਾ ਮਿਸਾਲ ਸ਼ਖਸੀਅਤ ਹੋਈ ਹੈ। ਉਹਨਾਂ ਤੇ ਫਿਲਮ ਬਣਨੀ ਚਾਹੀਦੀ ਸੀ। ਮੈਂ ਆਪਣੇ ਪਿੰਡ ਦੇ 10-15 ਬਜ਼ੁਰਗ ਇਕੱਠੇ ਕਰਕੇ ਫਿਲਮ ਦੇਖਣ ਲੈ ਗਿਆ। ਜਿਹੜੇ ਜ਼ਿੰਦਗੀ 'ਚ ਕਦੇ ਸਿਨੇਮੇ ਨਹੀਂ ਗਏ। ਜਦੋਂ ਮੈਂ ਮਾਲ ਚ ਲੈ ਗਿਆ ਉਹ ਬੰਦਿਆਂ ਨੂੰ ਵੀ ਆਥਨ ਫਿਲਮ ਦਿਖਾਈਏ। ਉਹਨਾਂ ਨੇ ਬਹਿ ਕੇ ਫਿਲਮ ਦੇਖੀ ਤਾਂ ਇੱਕ ਬਜ਼ੁਰਗ ਮੈਨੂੰ ਪਰੇ ਬਾਂਹ ਫੜ ਕੇ ਲੈ ਗਿਆ ਮੈਨੂੰ ਕਹਿੰਦਾ ਕਹਿੰਦਾ ਅਸੀਂ ਸਾਰੀ ਉਮਰ ਮੁੰਡਿਆਂ ਨੂੰ ਜੋਕਾਂ ਨੂੰ ਗਾਲਾਂ ਕੱਢਦੇ ਰਹੇ। ਕਹਿੰਦਾ ਵੀ ਜੇ ਕਿਸੇ ਨੇ ਰਿਸ਼ਤਾ ਕਿਸੇ ਪਿੰਡ ਕਰਨਾ ਹੁੰਦਾ ਸੀ ਕੋਈ ਬੰਦਾ ਪੁੱਛ ਪ੍ਰਤੀਤ ਕਰਨਾ ਜਾਂਦਾ ਸੀ ਪਹਿਲਾਂ ਵੀ ਭਾਈ ਅਸੀਂ ਫਲਾਣੇ ਦਾ ਮੁੰਡਾ ਦੇਖਿਆ ਉਹਦੇ ਮੁੰਡਾ ਕਿਹੋ ਜਿਹਾ ਹੈ ਕਹਿੰਦਾ ਜੇ ਕੋਈ ਮਾੜਾ ਬੰਦਾ ਹੁੰਦਾ ਸਵੇਰੇ ਆਪਾਂ ਕਹਿ ਦਿੰਦੇ ਸੀ ਵੀ ਉਹ ਮੁੰਡਾ ਨਸ਼ੇ ਪੱਤੇ ਕਰਦਾ ਜੀ ਉਹ ਜੂਆ ਖੇਡਦਾ ਜੀ ਉਹ ਸਿਨੇਮੇ ਜਾਂਦਾ ਮਨ ਸਿਨੇਮੇ ਜਾਣਾ ਇਹ ਜਲਾਨਤ ਮੰਨੀ ਜਾਂਦੀ ਸੀ ਕਹਿੰਦਾ ਸਾਨੂੰ ਤਾਂ ਅੱਜ ਪਤਾ ਲੱਗਿਆ ਆ ਫਿਲਮ ਦੇਖ ਕੇ ਵੀ ਸਿਨੇਮੇ ਚ ਇਹੋ ਜਿਹਾ ਕੁਝ ਦਿਖਾਇਆ ਜਾਂਦਾ ਕਹਿੰਦਾ ਹੁਣ ਮੇਰਾ ਜੀ ਕਰਦਾ ਵੀ ਮੈਂ ਜੁਆਕਰ ਨੂੰ ਆਪ ਕੰਮ ਜਾ ਕੇ ਦੇਖ ਕੇ ਆਉਂ ਕੀ ਬਾਤ ਹੈ ਇਹਦੀ ਇੱਕ ਮਿਸਾਲ ਮੈਂ ਤੁਹਾਨੂੰ ਹੋਰ ਦੰਦਾ ਫਿਲਮ ਸਾਡੀ ਆਈ ਅਰਦਾਸ ਕਰਾਂ 19 ਜੁਲਾਈ ਨੂੰ ਰਿਲੀਜ਼ ਹੋਈ 19 ਜੁਲਾਈ ਨੂੰ ਰਿਲੀਜ਼ ਹੋਈ ਤੇ 20 ਜੁਲਾਈ ਨੂੰ ਗੁਰਦੁਆਰਾ ਸਿੰਘ ਸਭਾ ਲੁਧਿਆਣੇ ਦੇ ਵਿੱਚ ਮਾਡਲ ਗ੍ਰਾਮ ਜਿਹੜੀ ਜਗ੍ਹਾ ਹੈ ਉੱਥੋਂ ਦੀ ਕਮੇਟੀ ਫਿਲਮ ਦੇਖ ਕੇ ਆਈ ਕਮੇਟੀ ਨੇ ਫਿਲਮ ਦੇਖ ਕੇ ਆ ਕੇ ਅਗਲੇ ਦਿਨ ਮੀਟਿੰਗ ਕੀਤੀ ਵੀ ਆਪਾਂ ਇੰਨੇ ਸਾਲਾਂ ਤੋਂ ਨਗਰ ਕੀਰਤਨ ਕੱਢਦੇ ਆ ਅਸੀਂ ਹੋਰ ਉਪਰਾਲੇ ਕਰਦੇ ਆ ਪ੍ਰਚਾਰਕ ਬੁਲਾਉਣੇ ਆ ਜਿਹੜੀ ਗੱਲ ਅਸੀਂ ਇੰਨੇ ਸਾਲਾਂ ਤੋਂ ਸਮਝਾ ਸਕਿਓ ਬੰਦਿਆਂ ਨੇ 2 ਘੰਟੇ ਦੀ ਫਿਲਮ ਦਸਤੀਅਰ ਉਹਨਾਂ ਬੰਦਿਆਂ ਨੇ ਪੂਰੇ 31 ਸ਼ੋ 31 ਸ਼ੋ ਉਹਨਾਂ ਬੰਦਿਆਂ ਨੇ ਫ੍ਰੀ ਦਿਖਾਏ ਲੋਕਾਂ ਨੂੰ ਅਨਾਉਂਸਮੈਂਟ ਕਰਾ ਕੇ ਗੁਰਦੁਆਰੇ ਚ ਅਨਾਉਂਸਮੈਂਟ ਕੀਤੀ ਮੰਦਰ ਚ ਅਨਾਉਂਸਮੈਂਟ ਕੀਤੀ ਮਾਜਿਦ ਅਨਾਉਂਸਮੈਂਟ ਕੀਤੀ ਵੀ ਜਿਹਨੇ ਫਿਲਮ ਦੇਖਣੀ ਹੈ ਕੋਈ ਧਰਮ ਦਾ ਮਸਲਾ ਨਹੀਂ ਉਹ ਫਿਲਮ ਤੁਸੀਂ ਗੁਰਦੁਆਰੇ ਜਾ ਕੇ ਦੇਖੋ ਸਾਡੇ ਵੱਲੋਂ ਟਿਕਟਾਂ ਦਾ ਲੰਗਰ ਲਾਤਾ ਸੀ ਕੀ ਬਾਤ 31 ਸ਼ੋ ਹਾਊਸਫੁੱਲ ਸੀ ਔਰ ਹੋਰ ਗੱਲ ਸੁਣੋ ਅੱਜ ਤੁਸੀਂ ਮੌਲਿਆਂ ਦੇ ਵਿੱਚ ਫਿਲਮਾਂ ਦੇਖਣ ਜਾਂਦੇ ਹੋ ਤੁਹਾਨੂੰ ਪਤਾ ਹੈ ਮਾਲ ਆਲੇ ਕਹਦੇ ਨੇ ਵੀ ਤੁਸੀਂ ਪਾਣੀ ਬਾਹਰੋਂ ਨਹੀਂ ਲੈ ਕੇ ਆਉਣਾ ਪਾਪ ਕੌਰਨ ਬਾਹਰੋਂ ਨਹੀਂ ਲੈ ਕੇ ਆਉਣੇ ਫਿਲਮ ਜਦੋਂ ਖਤਮ ਹੁੰਦੀ ਸੀ ਉੱਥੇ ਸ਼ੋਅ ਖਤਮ ਹੋਣ ਤੋਂ ਬਾਅਦ ਹਰ ਸ਼ੋਅ ਤੋਂ ਬਾਅਦ ਗੁਰਦੁਆਰੇ ਲੰਗਰ ਚਲਾਉਂਦੇ ਸਨ। ਇਹ ਲੰਗਰ ਚੱਕ ਜਾਓ ਹੁਣ। ਮੈਂ ਮੌਲ ਵਾਲਿਆਂ ਨੂੰ ਉੱਥੇ ਜਮੈਂ 4 ਵਾਰ ਜਾ ਕੇ ਆ ਉਸ ਮੌਲ 'ਚ। ਮੈਂ ਮੌਲ ਵਾਲ ਨੂੰ ਪੁੱਛਿਆ ਸੈਲੀਟਰੀਅਰਿਓ ਸਿਨੇਮਾ ਜਿਹੜਾ ਇੱਥੇ ਲੁਧਿਆਣੇ ਆ। ਇਹਦੇ ਰੇਲਵੇ ਸਟੇਸ਼ਨ ਦੇ ਕੋਲ ਸਾਹਮਣੇ। ਮੈਂ ਮੌਲ ਵਾਲ ਨੂੰ ਪੁੱਛਿਆ ਮੈਂ ਕਿਹਾ ਵੀ ਤੁਸੀਂ ਤਾਂ ਅੰਦਰ ਪਾਪਕੋਰਨ ਵੀ ਨਹੀਂ ਜਾਣ ਦਿੰਦੇ ਬਾਹਰੋਂ। ਤੁਸੀਂ ਲੰਗਰ ਕਿਵੇਂ ਲਾਉ ਕਰਤਾ? ਕਹਿੰਦੇ ਸਾਨੂੰ ਵੀ ਪਹਿਲਾਂ ਪਹਿਲਾਂ ਤਕਲੀਫ ਹੋਈ ਫਿਰ ਅਸੀਂ ਇਹ ਫਿਲਮ ਆਪ ਦੇਖੀ ਜਾ ਕੇ ਵੀ ਇਹ ਬੰਦੇ ਯਾਰ ਇੰਨੇ ਸ਼ੋਅ ਫਰੀਦ ਖਾਨ ਨੇ ਗੱਲ ਕੀ ਹੈ ਜਦੋਂ ਇਹ ਫਿਲਮ ਜਾ ਕੇ ਦੇਖੀ ਕਹਿੰਦਾ ਸੀਗਾ ਲਾਲ ਓ ਲੰਗਰ ਯਾਰ ਕੋਈ ਗੱਲ ਨਹੀਂ ਇਹੋ ਜਿਹੀਆਂ ਫਿਲਮਾਂ ਮਸਾ ਮਸਾ ਬਣਦੀਆਂ ਨੇ ਲੋਕਾਂ ਤੱਕ ਪਹੁੰਚਣੇ ਚਾਹੀਦੀਆਂ ਸੋ ਇਹ ਗੱਲ ਹੈ ਕਿਉਂਕਿ ਇਹ ਫਿਲਮ ਚੰਗੀ ਚੱਲ ਗਈ ਹੁਣ ਰਿਕਾਰਡ ਬਣਾਏ ਨੇ ਬਾਹਰ ਵੀ ਇਹਦਾ ਕਾਰਨ ਮੈਂ ਸਮਝਦਾ ਕਿ ਇਹ ਪ੍ਰਚਾਰੀ ਗਈ ਫਿਲਮ ਇਹਦਾ ਪ੍ਰਚਾਰ ਉਸ ਤਰੀਕੇ ਨਾਲ ਹੋਇਆ ਸੋ ਕਈ ਵਾਰ ਕੀ ਹੁੰਦਾ ਕਿ ਜਿਹੜੇ ਸਾਡੀ ਚੰਗੀ ਫਿਲਮ ਹੁੰਦੀ ਹੈ ਉਹ ਸਾਡੇ ਕੋਲ ਪ੍ਰੋਡਕਟ ਬਹੁਤ ਚੰਗਾ ਹੁੰਦਾ ਅਸੀਂ ਉਹਨੂੰ ਲੋਕਾਂ ਤੱਕ ਉਸ ਤਰੀਕੇ ਨਾਲ ਪਹੁੰਚਾਈ ਨਹੀਂ ਸਕਦੇ ਫੇਰ ਉਹ ਫਿਲਮ ਰੈਸ ਕਰਕੇ ਲੋਕਾਂ ਨੂੰ ਪਤਾ ਨਹੀਂ ਲੱਗਦਾ ਸੋ ਬਾਈ ਜੀ ਬਹੁਤ ਬਾਤਾਂ ਥਾਰੇ ਪਾ ਮੇਰੇ ਖਿਆਲ ਅੱਜ ਤਾਂ ਆਪਾਂ ਨੇ ਜਿੰਨਾ ਬੁੜੀਆਂ ਕਹੀ ਸੀ ਵੀ ਖੀਰ ਮੈਂ ਥੋੜੀ ਜਿਹੀ ਬਣ ਗਈ ਹੈ ਦਿਖਾਈ ਹੈ ਸੋ ਬਾਕੀ ਬਾਤਾਂ ਖੀਰ ਦੀ ਜਿਹੜੀ ਉਹ ਪਲੇਟ ਉਹ ਕਦੋਂ ਖਾਵਾਂਗੇ ਥਾਲ ਥਾਲ ਕਦੋਂ ਖਾਇਆ ਜਾਊਗਾ ਉਹ ਕਦੇ ਫੇਰ ਸਹੀ ਹੋਰ ਆਪਾਂ ਬਾਤਾਂ ਕਰੀਏ ਅੱਜ ਉਹ ਨਹਿਰ ਦੇ ਕੰਢੇ ਵੈਸੇ ਬਹੁਤ ਨਜ਼ਾਰਾ ਆ ਰਿਹਾ ਠੰਡੀ ਹਵਾ ਚੱਲ ਰਹੀ ਹੈ ਦਰਖਤੇ ਪੱਤਰ ਦਾ ਸ਼ੇਰ ਮੈਨੂੰ ਯਾਦ ਆ ਰਿਹਾ ਬਹੁਤ ਕਮਾਲ ਕਰ ਰੁੱਖ ਬੋਲ ਨਾ ਸਕਦੇ ਭਾਵੇਂ ਬੰਦਿਆਂ ਦਾ ਦੁੱਖ ਜਾਣਦੇ ਰੁੱਖਾਂ ਦਾ ਗੀਤ ਸੁਣ ਕੇ ਮੇਰੀ ਰੂਹ ਵਿੱਚ ਚਾਨਣ ਹੋਇਆ ਵਾਹ ਜੀ ਵਾਹ ਵਗਦੀ ਨਹਿਰ ਦਾ ਕੰਡਾ ਹੋਇਆ ਦਰਖਤੋਂ ਅਜਿਹੇ ਜਿਹੀਆਂ ਬਾਤਾਂ ਖੀਰ ਕੀ ਬੰਦਗੀ ਵਰਗੀ ਜਿਹੜੀ ਤੁਸੀਂ ਗੱਲ ਕਰਦੇ ਸੀ ਵੀ ਇਹਨਾਂ ਨੇ ਘਰ ਏਸੀ ਨਹੀਂ ਲਵਾਇਆ ਹੁਣ ਜਿੱਥੇ ਇਹੇ ਜਿਹੀ ਹਵਾ ਚੱਲੂ ਉਥੇ ਏਸੀ ਦੀ ਲੋੜ ਦੱਸੋ ਮੈਨੂੰ ਸਹੀ ਹੈ ਸੋ ਬਾਈ ਜੀ ਬੜੇ ਚੰਗਿਆੜੇ ਨਿਕੜੇ ਬੜਾ ਆਨੰਦ ਆਇਆ ਮੈਨੂੰ ਲੱਗ ਰਿਹਾ ਵੀ ਮੈਂ ਵੀ ਐਕਟਰ ਬਣ ਸਕਾਂ ਥੰਨੇ ਕਿਹਾ ਵੀ ਐਕਟਰ ਕੋਈ ਮਤਲਬ ਜਿੱਦ ਕੰਦਾ ਫੇਰੇਂ ਦੇ ਕੋਈ ਬੰਦਾ ਸਿੱਖ ਸਗਾ ਐਕਟਿੰਗ ਨਹੀਂ ਐਕਟਰ ਬਣ ਸਕਣ ਨੂੰ ਕੀ ਐਕਟਰ ਤੁਸੀਂ ਹੈਗੇ ਹੋ ਅੱਛਾ ਐਕਟਰ ਹੈਵੇਂ ਵਾਹ ਜੀ ਕੀ ਬਾਤ ਸੋ ਬਈ ਦੋਸਤੋ ਬਾਤ ਇਸ ਤਰ੍ਹਾਂ ਹੈ ਕੋਈ ਬੰਦਾ ਜਿਤਨਾ ਬਾਈ ਮਲਕੀਤ ਰੌਣੀ ਨੇ ਬਹੁਤ ਚਿੰਗਾੜੇ ਕਾਢਾ ਜਬਾਤਾਂ ਕਰੀਆਂ ਮਹਰੀ ਗੈਲ ਮੈਂ ਇੱਕ ਬਾਤ ਹੋਰ ਦੱਸਦੇ ਆ ਪਵਾਦ ਦਾ ਜਦ ਵੀ ਜਿਗਰ ਚਲਾ ਨਾ ਸਿਰਫ ਮਹਾਰੇ ਥਾਰੇ ਵਾਲਾ ਪਵਾਦ ਨਹੀਂ ਮਰਿੰਡਾ ਵੀ ਪਵਾਦ ਮਾਕੇ ਬਾਈ ਜੀ ਬਿਲਕੁਲ ਬਿਲਕੁਲ ਜੀ ਪਵਾਦ ਤਾਂ ਬਹੁਤ ਲੁਧਿਆਣੇ ਦਾ ਪਵਾਦ ਮਾਸੀਵਾੜਾ ਚਮਕੌਰ ਸਾਹਿਬ ਸਾਰਾ ਪਵਾਦ ਕੇ ਵਿੱਚ ਸੋ ਮਹਾਰੇ ਪਵਾਦ ਕੇ ਮਾਨ ਹੈ ਜਿਹੜੇ ਹਾਲੀਵੁੱਡ ਤੱਕ ਗਏ ਬਾਈ ਮਲਕੀ ਸੋ ਜੇ ਥਾਨਾ ਜੀ ਕਹਿੰਦੇ ਮਾਰਾ ਪੋਤਾ ਮਾਰਾ ਮਾਨ ਮਾਰੀ ਬੋਲੀ ਮਾਰੀ ਸ਼ਾਨ ਕੀ ਬਾਤ ਹੈ ਵਾਹ ਜੀ ਵਾਹ ਸੋ ਭਾਈ ਮਾਰੀ ਬੋਲੀ ਜਿਹੜੀ ਮਾਰੀ ਸ਼ਾਨ ਹੈ ਜਿਸ ਤਰ੍ਹਾਂ ਬਾਈ ਜੀ ਨੇ ਬਹੁਤ ਕਮਾਲ ਕੀਆ ਰੂਗੀਆਂ ਬਾਤਾਂ ਤੀਆਂ ਨੇ ਸੋ ਮੈਨੂੰ ਵੀ ਅੱਜ ਮਹਿਸੂਸ ਨਹੀਂ ਹੋਇਆ ਵੀ ਮੈਂ ਨਾ ਕਿਸੇ ਸਟਾਰ ਕੇ ਲੱਗ ਬੈਠਿਆ ਨਹੀਂ ਤੇ ਘਬਰਾਹਟ ਹੋਣ ਲੱਗ ਜਾ ਬੰਦੇ ਨੇ ਯਾਰ ਬਹੁਤ ਵੱਡਾ ਸਟਾਰ ਹੈ ਕਿਉਂਕਿ ਬਾਈ ਜੀ ਨੇ ਉਹ ਹੀ ਬਾਤਾਂ ਜਿਹੜਾ ਉਹ ਹੀ ਮੈਸਾਂ ਵਾਲੀਆਂ ਜੀਰੀ ਵਾਲੀਆਂ ਕਣਕ ਵਾਲੀਆਂ ਮੰਡੀਆਂ ਵਾਲੀਆਂ ਕਿਸਾਨਾਂ ਵਾਲੀਆਂ ਡੌਲਾਂ ਵਾਲੀਆਂ ਸੋ ਭਾਈ ਤੁਹਾਨੂੰ ਕਦੇ ਵੀ ਮੌਕਾ ਮਿਲੇ ਬਾਈ ਜੀ ਮਿਲਾਂ ਤਾਂ ਇਹਨਾਂ ਨੂੰ ਬੁਲਾ ਲੜ ਗਾ ਕੋਈ ਚੱਕਰ ਨਹੀਂ ਬਾਈ ਤੁਹਾਨੂੰ ਦਾ ਹਾਂ ਹਾਂ ਕੋਈ ਕਿਤੇ ਮਿਲ ਸਗਾ ਜਦੋਂ ਮਰਜ਼ੀ ਕਿਤੇ ਮਿਲ ਤੋ ਬਾਈ ਬਹੁਤ ਮਿਹਰਬਾਨੀ ਦੇਖੋ ਗੱਲ ਇਹ ਹੈ ਕਿ ਕਲਾਕਾਰ ਨਾ ਕਿਸ ਫੈਕਟਰੀ ਚ ਨਹੀਂ ਬਣਦਾ ਕੀ ਬਾਤ ਆ ਜਿਹੜੇ ਲੋਕ ਸਾਨੂੰ ਦੇਖਦੇ ਨੇ ਸੁਣਦੇ ਨੇ ਮਿਲਦੇ ਨੇ ਇਹੀ ਇਹਨਾਂ ਨੇ ਜਦੋਂ ਮੈਂ ਨਾਟਕ ਕਰਦਾ ਸੀ ਮੇਰੇ ਨਾਲ ਨਾ ਕਲਾਕਾਰ ਕਦੋਂ ਲੱਗਿਆ ਜਦੋਂ ਇਹਨਾਂ ਲੋਕਾਂ ਨੇ ਕਿਹਾ ਵੀ ਆ ਬੰਦਾ ਤਾਂ ਐਕਟਰ ਹੈ ਆ ਬੰਦਾ ਕਲਾਕਾਰ ਹੈ ਇਹੀ ਲੋਕ ਕਲਾਕਾਰ ਬਣਾਉਣ ਵਾਲੇ ਨੇ ਇਹੀ ਲੋਕ ਫਿਰ ਕਹਿੰਦੇ ਨੇ ਬਹੁਤ ਹੋ ਗਿਆ ਹੁਣ ਇਹ ਬੰਦਾ ਠੀਕ ਨਹੀਂ ਇਹਨੂੰ ਸਾਈਡ ਤੇ ਕਰੋ ਇਹਨੂੰ ਪਾਸੇ ਚੱਲ ਬਾਈ ਫਿਰ ਉਹ ਤੋਂ ਬਾਅਦ ਬੰਦਾ ਦੁਕਾਨ 'ਚ ਬੈਹਿ ਸਕਦਾ ਕੋਈ ਨਹੀਂ ਕਰ ਸਕਦਾ ਤੁਸੀਂ ਲੋਕ ਬਣਾਉਣ ਵਾਲੇ ਹੋ ਤੁਸੀਂ ਲੋਕ ਕਿਥਲੇ ਤਾਰਨ ਵਾਲੇ ਹੋ ਸੋ ਲੋਕਾਂ 'ਚ ਬਹੁਤ ਬੜੀ ਤਾਕਤ ਹੈ ਸਹੀ ਗੱਲ ਸੋ ਭਾਈ ਦੇਸ਼ ਬਾਦ ਦੇਖ ਰਹੇ ਜਿੰਨੇ ਵੀ ਮਾਰੀ ਗਏ ਨੇ ਨਹਿਰ ਕੇ ਕੰਡੇ ਪਰ ਤੇ ਮੰਨੂ ਥਾਰੇ ਆਪਣੇ ਰਾਜਪਰੇ ਵਾਲੇ ਮਨਜੀਤ ਨੂੰ ਦਿਓ ਇਜਾਜ਼ਤ ਜਿਉਂਦੇ ਰਹੋ ਰੱਬ ਰਾਖਾ ਤੁਹਾਨੂੰ ਸਾਰਿਆਂ ਨੂੰ ਸਸਰੀ ਕਾਲ ਥਾਰੀਆਂ ਬੇਲਾਂ ਹਰੀਆਂ ਰਹਿਣ